7226798 ਦੇ ਉੱਤੇ। ਮਿੰਟੋ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਰਾਜੇਵਾਲ ਨੇ ਚਿੱਠੀ ਲਿਖ ਕੇ ਪ੍ਰਗਟਾਏ ਤੌਖਲੇ। ਹਾਂਜੀ ਹਾਂਜੀ, ਅੱਜ ਦਾ ਦਿਨ ਜੇ ਦੇਖੀਏ ਤਾਂ ਚਿੱਠੀ ਦੇ ਨਾਂ ਤੇ ਹੀ ਰਿਹਾ। ਵੈਸੇ ਤੇ ਚਿੱਠੀਆਂ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਕੁਛ ਮਹੀਨਿਆਂ ਤੋਂ ਇਸ ਸਾਰੇ ਪ੍ਰਕਰਨ ਦਾ ਬਹੁਤ ਅਹਿਮ ਹਿੱਸਾ ਰਹੀਆਂ ਨੇ। ਚਿੱਠੀਆਂ ਲਿਖੀਆਂ ਜਾਂਦੀਆਂ ਨੇ ਇੱਕ ਦੂਜੇ ਨੂੰ, ਕਦੇ ਇਜਾਜ਼ਤ ਮੰਗੀ ਜਾਂਦੀ ਆ ਪੁਲਿਸ ਤੋਂ ਕਿ ਸਾਨੂੰ ਜਗ੍ਹਾ ਦੇ ਦੇ, ਕਦੇ ਚਿੱਠੀਆਂ ਲਿਖੀਆਂ ਜਾਂਦੀਆਂ ਨੇ ਕਿ ਭਾਈ ਸਾਡੀ ਮੰਗ ਜਿਹੜੀ ਪ੍ਰਵਾਨ ਕਰ ਲਓ, ਤੇ ਕਦੇ ਚਿੱਠੀਆਂ ਲਿਖੀਆਂ ਜਾਂਦੀਆਂ ਨੇ ਕਿ ਭਾਈ ਆ ਆ ਇਹਨਾਂ ਦੇ ਵਿੱਚ ਮੁਸ਼ਕਿਲ ਆ। ਤਾਂ ਹੁਣ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਭਾਈ ਕਿ ਇਸ ਅੰਦੋਲਨ ਨੂੰ ਸ਼ਾਂਤਮਈ ਰਹਿਣ ਦੇ। ਇਹ ਜਿਹੜੀ ਚਿੱਠੀ ਆ ਬਹੁਤ ਲੰਮੀ ਚੌੜੀ ਚਿੱਠੀ ਆ, ਵੈਸੇ ਤੁਸੀਂ ਦੇਖ ਲਈ ਹੋਣੀ ਹੈ, ਜੇ ਨਹੀਂ ਤੁਸੀਂ ਹੁਣ ਉੱਥੇ ਹੋ ਯੂਨੀਵਰਸਿਟੀ ਵਿੱਚ ਤਾਂ ਬਹੁਤ ਜਲਦੀ ਤੁਸੀਂ ਉਸ ਸਾਰੀ ਪੜ੍ਹ ਲਓਗੇ। ਔਰ ਕਾਫੀ ਲੰਮੀ ਚੌੜੀ ਚਿੱਠੀ ਆ, ਉਹਦਾ ਮਜ਼ਮੂਨ ਆ ਜਿਹੜਾ ਮੂਲ ਤੌਰ ਤੇ ਤਾਂ ਉਹ ਇਹੋ ਹੀ ਆ ਜਿਵੇਂ ਉਹਨਾਂ ਨੇ ਇਸ ਅੰਦੋਲਨ ਦੀ ਸਲਾਹਤਾ ਕੀਤੀ ਆ, ਦੱਸਿਆ ਕਿ ਇਹਦੀ ਵਡਿਆਈ ਕਿੰਨੀ ਆ, ਕਿ ਪੂਰਾ ਸੰਸਾਰ ਜਿਹੜਾ ਉਹ ਤੁਹਾਨੂੰ ਨੀਂਹ ਜਲਾ ਕੇ ਦੇਖ ਰਿਹਾ ਹੈ ਕਿ ਪੰਜਾਬ ਤੋਂ ਸ਼ੁਰੂ ਹੋ ਕੇ ਕਿਸ ਤਰ੍ਹਾਂ ਹਰਿਆਣਾ, ਯੂਪੀ, ਉੱਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਤਲਬ ਕਿ ਸਾਰੀ ਦੇਸ਼ ਨੂੰ ਜਿੱਦਾਂ ਕਹਿ ਲਓ ਕਿ ਇੱਕ ਬੁੱਕਲ ਦੇ ਵਿੱਚ ਸਮੇਟ ਲਿਆ ਹੈ। ਉਹ ਕਹਿੰਦੇ ਆ ਕਿ ਇਹ ਸਫਲ ਤਾਂ ਹੀ ਹੋਏਗਾ ਜੇ ਸ਼ਾਂਤ ਮਿਲ ਜਾਏਗਾ। ਮਤਲਬ ਕਿ ਜਦੋਂ ਵੀ ਹਿੰਸਾ ਆਉਂਦੀ ਹੈ ਅੰਦੋਲਨ ਦੇ ਵਿੱਚ ਤਾਂ ਉਹਦਾ ਪਤਨ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਕਹਿੰਦੇ ਆ ਕਿ ਪੜਾਵਾ ਰੱਖੀ ਇਹ ਅੰਦੋਲਨ ਜਿਹੜੇ ਆ ਨੇਪਰੇ ਚੜ੍ਹਦੇ ਆ। ਤਾਂ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਰੇਲਵੇ ਟਰੈਕ, ਹਾਈਵੇ ਤੋਂ ਹੁੰਦੇ ਹੁੰਦੇ ਇੱਥੇ ਤੱਕ ਆ ਗਏ ਹਾਂ। ਨਾਲ ਉਹਨਾਂ ਨੇ ਕਿਹਾ ਕਿ ਅੱਗੇ ਵੀ ਪੜਾ ਆਈਆਂ। ਇਹ ਨਹੀਂ ਆ ਕਿ 26 ਜਨਵਰੀ ਜਿਹੜਾ ਆ ਉਹ ਲਾਸਟ ਵਕਤ ਬਗਾਵਤ ਦਾ ਦਿਨ ਆ, ਮਤਲਬ ਕਿ ਹਾਲੇ 18 ਜਨਵਰੀ ਨੂੰ ਬੀਬੀਆਂ ਦਾ ਕਿਸਾਨ ਦਿਹਾੜਾ ਆਉਣਾ, ਉਹ ਮਨਾਉਣਾ ਵਾ। ਫਿਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਆਉਣਾ, ਉਸ ਦਿਹਾੜੇ ਤੇ ਉਹਨਾਂ ਨੇ ਕਿਹਾ ਕਿ ਆਪਾਂ ਸੰਕਲਪ ਦਿਹਾੜੇ ਵਜੋਂ ਮਨਾਵਾਂਗੇ। ਫਿਰ ਉਸ ਤੋਂ ਬਾਅਦ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਆਏਗਾ, ਇਸ ਦਿਨ ਆਜ਼ਾਦ ਹਿੰਦ ਕਿਸਾਨ ਦਿਹਾੜੇ ਵਜੋਂ ਮਨਾਵਾਂਗੇ, ਤੇ ਫਿਰ 26 ਜਨਵਰੀ ਨੂੰ ਜਿਹੜਾ ਗਣਤੰਤਰ ਦਿਹਾੜਾ ਆਏਗਾ, ਅਸੀਂ ਉਸ ਦਿਨ ਵੱਡੀ ਗਿਣਤੀ ਵਿੱਚ ਦਿੱਲੀ ਦੇ ਬਾਰਡਰਾਂ ਦੇ ਨਾਕਿਆਂ ਤੋਂ ਕਿਸਾਨ ਪਰੇਡ ਕਰਾਂਗੇ। ਇੱਥੇ ਇੱਕ ਮਿੰਟ ਲਈ ਠਹਿਰ ਜਾਓ। ਤਾਂ ਉਹਨਾਂ ਦੀ ਚਿੱਠੀ ਕੀ ਕਹਿ ਰਹੀ ਆ ਕਿ ਅਸੀਂ ਉਸ ਦਿਨ ਵੱਡੀ ਗਿਣਤੀ ਵਿੱਚ ਦਿੱਲੀ ਦੇ ਬਾਰਡਰਾਂ ਦੇ ਨਾਕਿਆਂ ਤੋਂ ਕਿਸਾਨ ਪਰੇਡ ਕਰਾਂਗੇ। ਸਮਝੇ ਨਾ ਕਿ ਜਿੱਦਾਂ ਇੱਕ ਇਹਨਾਂ ਨੇ ਅਗਾਊ ਅਗੇਤਾ ਐਲਾਨ ਕੀਤਾ ਸੀਗਾ ਕਿ ਅਸੀਂ ਦਿੱਲੀ ਦੇ ਵਿੱਚ ਵੜਾਂਗੇ, ਤਾਂ ਉਹ ਕੀ ਕਹਿ ਰਹੇ ਨੇ ਕਿ ਬਾਰਡਰਾਂ ਦੇ ਨਾਕਿਆਂ ਤੋਂ ਕਿਸਾਨ ਪਰੇਡ ਕਰਾਂਗੇ। ਤਾਂ ਇਹ ਨੋਟ ਕਰਨ ਵਾਲੀ ਗੱਲ ਹੈ। ਤੇ ਬੋਲੇ ਤਾਂ ਤੁਹਾਨੂੰ ਤਾਂ ਇਹ ਕਿਹਾ ਕਿ ਥੋੜਾ ਜਿਹਾ ਸਹਿ ਕੇ ਇਸ ਨੋਟ ਕਰ ਲਓ, ਫਿਰ ਅੱਗੇ ਆਪਾਂ ਤੁਰਦੇ ਆ। ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਕਹਿੰਦੇ ਕਿ ਬੇਬੁਨਿਆਦ ਜਾਂ ਭੜਕਾਊ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ, ਜਿੱਦਾਂ ਕੁਛ ਲੋਕ ਕਹਿ ਰਹੇ ਆ ਕਿ ਲਾਲ ਕਿਲੇ ਉੱਤੋਂ ਝੰਡਾ ਲਹਿਰਾਉਣਾ, ਕੋਈ ਕਹਿੰਦਾ ਕਿ ਪਾਰਲੀਮੈਂਟ ਤੇ ਕਬਜ਼ਾ ਕਰਨਾ, ਇਹ ਬਿਲਕੁਲ ਉਹ ਕਹਿੰਦੇ ਕਿ ਜਿੱਦਾਂ ਕਹਿ ਲਓ ਕਿ ਬਹੁਤ ਜ਼ਿਆਦਾ ਚਿੰਤਾਜਨਕ ਗੱਲਾਂ ਤੇ ਸਭ ਦੀ ਨੀਂਦ ਹਰਾਮ ਕੀਤੀ ਹੋਈ ਆ। ਇੱਕ ਜਜ਼ਬਾਤੀ ਤਕਰੀਰ ਤੁਸੀਂ ਉਹਨਾਂ ਦੀ ਸੁਣ ਲਈ ਹੋਣੀ ਹੈ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਉਹਨਾਂ ਲੋਕਾਂ ਦੇ ਵਿੱਚੋਂ ਨਹੀਂ ਕਿ ਅਸੀਂ ਪੁੱਤ ਮਰਵਾ ਦਈਏ, ਅਸੀਂ ਤੁਹਾਡੇ ਟਰੈਕਟਰ ਤੜਵਾ ਦਈਏ, ਅਸੀਂ ਕੀ ਮੂੰਹ ਲੈ ਕੇ ਜਾਵਾਂਗੇ ਜੇ ਨੁਕਸਾਨ ਹੋ ਗਿਆ। ਤਾਂ ਬੜੀ ਜਜ਼ਬਾਤੀ ਤਕਰੀਰ ਆ। ਤਾਂ ਉਹਦੇ ਵਿੱਚ ਹੀ ਉਹਨਾਂ ਨੇ ਇਹ ਕਿਹਾ ਕਿ ਜਿਹਨਾਂ ਨੇ ਖਾਲਿਸਤਾਨ ਬਣਾਉਣਾ ਅਮਰੀਕਾ 'ਚ ਜਾ ਕੇ ਬਣਾ ਲੈਣ। ਮਤਲਬ ਕਿ ਇੱਕ ਦੁਖੀ ਹੋਇਆ ਜਿੱਦਾਂ ਬਜ਼ੁਰਗ ਕਲਪ ਕੇ ਬੋਲਦਾ, ਉਹ ਇਸ ਤਰ੍ਹਾਂ ਬੋਲ ਰਹੇ ਸੀਗੇ। ਤਾਂ ਖੈਰ ਇਹ ਮਜ਼ਮੂਨ ਹੈ, ਚਿੱਠੀ ਤਾਂ ਵੈਸੇ ਲੰਮੀ ਚੌੜੀ ਆ, ਤੁਸੀਂ ਵਿਸਤਾਰ ਸਹਿਤ ਤਫਸੀਲ ਸਹਿਤ ਪੜ੍ਹਦੀ ਹੋਵੇ ਤਾਂ ਤੁਹਾਨੂੰ ਕਿਤੇ ਵੀ ਮਿਲ ਜਾਏਗੀ, ਖੁੱਲੀ ਚਿੱਠੀ ਆ। ਤੇ ਉਹਨਾਂ ਨੇ ਕਿਹਾ ਕਿ ਸਾਰੀਆਂ ਸਰਕਾਰੀ ਏਜੰਸੀਆਂ ਜਿਹੜੀਆਂ ਇਸ ਟਾਈਮ ਕਿਸਾਨ ਦੋਖੀ ਤਾਕਤਾਂ ਜਿਹੜੀਆਂ ਨੇ ਉਹ ਸਰਗਰਮ ਨੇ, ਤੇ ਮੈਂ ਸਮਝਦਾ ਕਿ ਅਜਿਹੀ ਮਾੜੀ ਸੋਚ ਕਿਸਾਨ ਦੀ ਤਾਂ ਹੋ ਹੀ ਨਹੀਂ ਸਕਦੀ। ਫਿਰ ਵੀ ਸਰਕਾਰ ਸਾਡੇ ਅੰਦੋਲਨ ਵਿੱਚ ਖਾਲਿਸਤਾਨੀਆਂ ਤੇ ਅੱਤਵਾਦੀਆਂ ਦੇ ਹੋਣ ਦੇ ਇਲਜ਼ਾਮ ਲਾ ਰਹੀ ਹੈ। ਅਜਿਹੇ ਸਮੇਂ ਹਰ ਕਿਸਾਨ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ, ਤੇ ਭਰਾਵੋ ਇਹ ਅੰਦੋਲਨ ਤੁਹਾਡਾ ਆਪਣਾ, ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਕੀ ਤੁਸੀਂ ਆਪਣੇ ਅਤੇ ਆਪਣੇ ਬੱਚਿਆਂ ਦਾ ਭਵਿੱਖ ਦਾ ਉੱਤੇ ਲਾ ਸਕਦੇ ਹੋ? ਕੁਐਸਚਨ ਮਾਰਕ ਲਾਉਂਦੇ ਨੇ ਕਿ ਕੀ ਹਿੰਸਕ ਸੋਚ ਨਾਲ ਇਸਨੂੰ ਫੇਲ ਕਰਨ ਦਾ ਖਿਡੌਣਾ ਪਾਪ ਕਰ ਸਕਦੇ ਹੋ? ਫੇਰ ਕੁਐਸਚਨ ਮਾਰਕ, ਜੇ ਨਹੀਂ ਤਾਂ ਉਹ ਆਪਾਂ ਸਾਰੇ ਮਿਲ ਕੇ ਇਸਨੂੰ ਸ਼ਾਂਤਮਈ ਰੱਖਣ ਦੀ ਪੂਰੀ ਵਾਹ ਲਾਈਏ। ਤਾਂ ਇਹ ਮੈਂ ਕੁਛ ਅੰਸ਼ ਦੱਸੇ ਆ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਲੰਮੀ ਚੌੜੀ ਸ਼ਬਦਾਵਲੀ ਹੈ ਚਿੱਠੀ ਦੀ, ਜੇ ਸਾਰੀ ਆਪਾਂ ਪੜ੍ਹਨ ਲੱਗੇ ਤਾਂ ਕਾਫੀ ਸਮਾਂ ਆਪਣਾ ਲੰਘ ਜਾਏਗਾ ਇਹਦੇ ਵਿੱਚ। ਤਾਂ ਕਹਿਣ ਦਾ ਮਤਲਬ ਕੀ ਆ, ਜਿੱਦਾਂ ਹੁਣ ਤੁਸੀਂ ਦੇਖਿਆ ਹੀ ਆ ਕਿ ਖਾਲਿਸਤਾਨ ਦਾ ਮੁੱਦਾ ਉੱਥੇ ਸੁਪਰੀਮ ਕੋਰਟ ਦੇ ਵਿੱਚ ਕਿਸ ਤਰ੍ਹਾਂ ਘੁਸੇੜ ਦਿੱਤਾ ਗਿਆ, ਵਾਰ ਦਿੱਤਾ ਗਿਆ। ਹਾਲਾਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਿੰਨੇ ਵੀ ਪੰਜਾਬ ਹਿਤੈਸ਼ੀ ਲੋਕ ਆ, ਜਿੰਨੇ ਵੀ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆ, ਪੰਜਾਬ ਦੇ ਲੋਕਾਂ ਨੂੰ ਮੁਹੱਬਤ ਕਰਨ ਵਾਲੇ ਲੋਕ ਆ, ਸਾਰਿਆਂ ਨੇ ਆਪੋ ਆਪਣੇ ਵਿਚਾਰਧਾਰਕ ਜਾਂ ਸਿਆਸੀ ਵਿਚਾਰ ਜਿਹੜੀ ਜਾਂ ਵੱਖਰੇ ਨੇ ਸਭ ਕੁਛ ਤਿਆਗ ਦਿੱਤਾ ਕੁਛ ਸਮੇਂ ਲਈ। ਪਰ
ਤੁਹਾਨੂੰ ਪਤਾ ਹੀ ਬਦਨਾਮੀ ਹੁੰਦੀ ਰਹੀ ਪਰ ਅਖੀਰ ਜਦੋਂ ਸਾਰੀਆਂ ਚੀਜ਼ਾਂ ਨਜ਼ਰ ਅੰਦਾਜ਼ ਹੋ ਗਈਆਂ ਅਸਰ ਅੰਦਾਜ਼ ਹੋ ਗਈਆਂ ਤੇ ਫਿਰ ਰਾਜਨਾਥ ਸਿੰਘ ਨੂੰ ਆਖਣਾ ਪਿਆ ਕਿ ਨਹੀਂ ਇਹ ਨਿਰੋਲ ਕਿਸਾਨੀ ਅੰਦੋਲਨ ਹੈ ਉਹ ਬਹੁਤ ਵੱਡੀ ਜਿੱਤ ਸੀਗੀ ਪਰ ਹੋਇਆ ਕਿ ਬਾਅਦ ਦੇ ਵਿੱਚ ਤੁਹਾਨੂੰ ਪਤਾ ਕੁਛ ਐਲਾਨ ਹੋਏ ਐਸ ਐਫ ਜੇ ਵੱਲੋਂ ਵੀ ਐਲਾਨ ਹੋਏ ਉਸ ਚੀਜ਼ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਇੱਥੇ ਪੇਸ਼ ਕਰ ਦਿੱਤਾ ਗਿਆ ਨੰਬਰ ਇੱਕ ਤੇ ਇਹ ਸੀਗਾ ਹਾਲਾਂਕਿ ਤੁਸੀਂ ਦੇਖੋ ਨਾ ਕਹਿਣ ਮੌਕੇ ਤੇ ਇਹੋ ਜਿਹੀ ਚੀਜ਼ ਦਾ ਕਿਸੇ ਪੱਖ ਤੋਂ ਵੀ ਵਾਪਰਨਾ ਚਾਹੇ ਉਹ ਕਿਸੇ ਵੀ ਸੰਸਥਾ ਵੱਲੋਂ ਚਾਹੇ ਕਿਸੇ ਵੀ ਜਥੇਬੰਦੀ ਵੱਲੋਂ ਵਾਪਰਨਾ ਉਹਦਾ ਉਹਦਾ ਜਿਹੜਾ ਸਟੇਟਮੈਂਟ ਉਸ ਮੌਕੇ ਤੇ ਜਦੋਂ ਇਸ ਮੁੱਦੇ ਤੇ ਹਲਫਨਾਮਾ ਦੇਣਾ ਆ ਸਰਕਾਰ ਨੇ 18 ਨੂੰ ਸੁਣਵਾਈ ਹੋ ਗਈ ਆ ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਹੋ ਗਿਆ ਇਸ ਮਾਮਲੇ ਦਾ ਉਹਨਾਂ ਨੇ ਜਵਾਬ ਦੇਣਾ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਸ ਚੀਜ਼ ਦਾ ਕਿੰਨਾ ਵੱਡਾ ਨੁਕਸਾਨ ਆ ਬੇਸ਼ੱਕ ਤੁਸੀਂ ਆਈਡੀਓਲੋਜੀਕਲੀ ਜੋ ਮਰਜ਼ੀ ਤੁਸੀਂ ਆਪਣੇ ਤਰਕ ਰੱਖੋ ਪਰ ਹੁਣ ਉਹ ਜਿਵੇਂ ਕਹਿ ਰਹੇ ਕਿ ਸਾਡੀ ਨੀਂਦ ਆਰਾਮ ਹੋ ਗਈ ਆ ਕਿ ਬਹੁਤ ਵੱਡਾ ਸਾਡੇ ਤੇ ਸਿਰਫ ਨਾ ਇਲਜ਼ਾਮ ਲੱਗਾ ਬਲਕਿ ਸਾਡੇ ਕੁਛ ਕਿਸਾਨ ਜਥੇਬੰਦੀਆਂ ਹੁਣ ਦੇਖੋ ਇਹ ਤਾਂ ਹੋ ਗਿਆ ਨਾ ਐਫ ਐਸ ਜੇ ਵਾਲੇ ਉਹਨਾਂ ਦਾ ਬਿਆਨ ਦਾ ਬਹੁਤ ਵੱਡਾ ਇਸ਼ੂ ਬਣਾਇਆ ਵੈਸੇ ਉਹ ਤਾਂ ਐਲਾਨ ਕਰਦੇ ਰਹਿੰਦੇ ਪਰ ਮੇਰੇ ਖਿਆਲ ਦੇ ਨਾਲ ਥੋੜ੍ਹਾ ਉਹਨਾਂ ਨੂੰ ਵੀ ਟਾਈਮਿੰਗ ਦਾ ਹਿਸਾਬ ਕਿਤਾਬ ਲਾ ਲੈਣਾ ਚਾਹੀਦਾ ਕਿਉਂਕਿ ਮਸਲਾ ਇੱਥੇ ਰੋਜ਼ੀ ਰੋਟੀ ਦਾ ਮਸਲਾ ਇੱਥੇ ਬਹੁਤ ਵੱਖਰੀ ਕਿਸਮ ਦਾ ਬਣ ਗਿਆ ਕਿਉਂਕਿ ਸਟੇਟ ਜਿਹੜੀ ਆ ਉਹ ਇਹੀ ਚਾਹੁੰਦੀ ਹੈ ਮਤਲਬ ਕਿ ਉਸ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਚੀਜ਼ ਨੂੰ ਇਸੇ ਕਰਕੇ ਹਾਈਲਾਈਟ ਕਰ ਰਹੀ ਆ ਕਿ ਇਹਦਾ ਮੈਸੇਜ ਜਿਹੜਾ ਉਹ ਹੇਠਲੇ ਪੱਧਰ ਤੇ ਮਤਲਬ ਕਿ ਦੇਖੋ ਲਾ ਲਓ ਕਿ ਕੋਈ 2% 3% ਹੀ ਲੜ ਰਹੇ ਆ ਨਾ ਜੇ ਆਪਾਂ ਆਬਾਦੀ ਦੇ ਅਨੁਕੂਲ ਦੇਖੀਏ ਤਾਂ ਜੇ ਆਪਾਂ ਉਹਦਾ ਅਨੁਪਾਤ ਲਾਈਏ ਤਾਂ ਬਹੁਤ ਘੱਟ ਵਸੋਂ ਆ ਪਰ ਜਿਹੜੀ ਬਾਕੀ ਬਚੀ ਆ ਹੇਠਲੇ ਪੱਧਰ ਤੇ ਜਿਹੜੇ ਹਿੰਦੀ ਭਾਸ਼ਾਈ ਇਲਾਕੇ ਆ ਪਛੜੇ ਇਲਾਕੇ ਉਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਤਾਂ ਨੈਰੇਟਿਵ ਸਿਰਜਣਾ ਹੈ ਇਹੀ ਨੈਰੇਟਿਵ ਬਣਾਉਣਾ ਹੈ ਇਹੀ ਵਰਤਾਂਤ ਉਹਨਾਂ ਨੇ ਥੱਲੇ ਜਾ ਕੇ ਲੋਕਾਂ ਦੇ ਸਾਹਮਣੇ ਰੱਖਣਾ ਵਾ ਕਿ ਇਹ ਲੋਕ ਵੱਖ ਵੱਖੀ ਆ ਇਹ ਲੋਕ ਖਾਲਿਸਤਾਨੀ ਤੇ ਕਾਮਰੇਡ ਜਿਹੜੇ ਇਕੱਠੇ ਹੋ ਗਏ ਆ ਨਾਲ ਇਹਨਾਂ ਨੇ ਹਰਿਆਣੀਆਂ ਨੂੰ ਹਰਿਆਣਵੀਆਂ ਨੂੰ ਗੁਮਰਾਹ ਕਰ ਲਿਆ ਵਾ ਕਿ ਦੇਸ਼ ਵਿਰੋਧੀ ਹੋ ਗਏ ਆ ਮੋਦੀ ਵਿਰੋਧੀ ਹੋ ਗਿਆ ਨਾ ਸੰਸਦ ਦੀ ਸੁਣਦੇ ਆ ਨਾ ਸੁਪਰੀਮ ਕੋਰਟ ਦੀ ਸੁਣਦੇ ਆ ਨਾ ਇਹ ਕਿਸੇ ਸੰਸਥਾ ਨੂੰ ਮੰਨਦੇ ਆ ਮਤਲਬ ਕਿ ਗੱਲ ਉੱਠਿਆ ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਤੇ ਇਹ ਹੈ ਜਿਹੜੀ ਉਹ ਗੱਲ ਥੋੜੀ ਇਨਡਾਇਰੈਕਟਲੀ ਕਹਿ ਰਹੇ ਮੈਂ ਥੋੜਾ ਡਾਇਰੈਕਟਲੀ ਕਹਿ ਰਿਹਾ ਕਿ ਉਹ ਇਸ ਤਰ੍ਹਾਂ ਦੇ ਐਲਾਨ ਨੂੰ ਸ਼ਾਇਦ ਥੋੜਾ ਜਿਹਾ ਤੌਖਲੇ ਦੇ ਰੂਪ ਚ ਲੈ ਰਹੇ ਆ ਪਰ ਦੂਸਰੇ ਪੱਖ ਤੋਂ ਜੇ ਆਪਾਂ ਦੇਖੀਏ ਤਾਂ ਇਹਨਾਂ ਦੀਆਂ ਆਪਣੀਆਂ ਜਥੇਬੰਦੀਆਂ ਦਾ ਵੀ ਅੱਜ ਦੇਖ ਲਓ ਤਾਂ ਪੂਰੀ ਤਰ੍ਹਾਂ ਜਿਹੜਾ ਵਿਚਾਲੜਾ ਪਾਟਿਆ ਹੋਇਆ ਤਾਲਮੇਲ ਉਹ ਵੀ ਸਾਹਮਣੇ ਆ ਜਾਏ ਮਤਲਬ ਕਿ ਇਹਨਾਂ ਦੇ ਆਪਣੇ ਕੁਛ ਬੰਦਿਆਂ ਨੇ ਕਿਹਾ ਜਿੱਦਾਂ ਟਕੈਤ ਨੇ ਕਿਹਾ ਕਿ ਅਸੀਂ ਇਹ ਕਰ ਦਿਆਂਗੇ ਵਾਹ ਕਰ ਦਿਆਂਗੇ ਅਸੀਂ ਉੱਥੇ ਚਲ ਜਾਵਾਂਗੇ ਪਾਰਲੀਮੈਂਟ ਤੇ ਕਬਜ਼ਾ ਕਰ ਲਾਂਗੇ ਫਲਾ ਟੰਕਾ ਮਤਲਬ ਇੱਕ ਤੇ ਇਹ ਆ ਕਿ ਜੇ ਤੁਸੀਂ ਉੱਥੇ ਬਾਰਡਰ ਤੇ ਹੀ ਜਾ ਕੇ ਉੱਥੇ ਰੋਡ ਸ਼ੋ ਕਰਨਾ ਹੈ ਉੱਥੇ ਹੀ ਵੀਡੀਓ ਵਾਡੀਓ ਪਵਾ ਦੇਣੀ ਹੈ ਜਵਾਕਾਂ ਦੀਆਂ ਤੇ ਫਿਰ ਫਾਇਦਾ ਕੀ ਆ ਇੱਥੇ ਪੰਜਾਬ ਦੇ ਵਿੱਚ ਤੇ ਪਿਛਲੇ 10 ਦਿਨਾਂ ਤੋਂ ਲੋਕ ਆਪੋ ਆਪਣੇ ਟਰੈਕਟਰ ਜਿਹੜੇ ਆ ਉਹ ਰਿਹਰਸਲ ਦੇ ਰੂਪ ਦੇ ਵਿੱਚ ਸੜਕਾਂ ਤੇ ਭਜਾਈ ਫਿਰਦੇ ਨੇ ਤੁਸੀਂ ਇੰਨਾ ਜ਼ਿਆਦਾ ਤੇਲ ਦਾ ਖੋ ਕਰ ਰਹੇ ਹੋ ਇੰਨੀ ਜ਼ਿਆਦਾ ਮੈਨ ਪਾਵਰ ਜਿਹੜੀ ਆ ਉਹ ਤੁਸੀਂ ਸੜਕਾਂ ਤੇ ਲਿਜਾਣੀ ਆ ਤਾਂ ਫਿਰ ਫਾਇਦਾ ਕੀ ਹੈ ਔਰ ਦੂਜੀ ਗੱਲ ਮਹੱਤਵਪੂਰਨ ਗੱਲ ਇਹ ਆ ਕਿ ਰਾਜੇਵਾਲ ਨੇ ਵਾਰ ਵਾਰ ਇਹੋ ਹੀ ਗੱਲ ਕਹੀ ਆ ਕਿ ਹਾਲੇ 26 ਜਨਵਰੀ ਕੋਈ ਅੰਤਰ ਪੜਾ ਨਹੀਂ ਔਰ ਦੂਜੀ ਗੱਲ ਹੈ ਕਿ ਕੋਈ ਰੂਪ ਰੇਖਾ ਨਹੀਂ ਉਹਨੇ ਕੀ ਹੁਣ ਇਸ ਚੀਜ਼ ਨੂੰ ਤੁਸੀਂ ਦੇਖੋ ਕਿੱਡੀ ਵੱਡੀ ਕੰਟਰਾਡਿਕਸ਼ਨ ਆ ਉਹ ਇੱਕ ਪਾਸੇ ਤੇ ਕਹਿ ਰਹੇ ਆ ਕਿ ਬਾਰਡਰ ਤੇ ਹੀ ਪਰੇਡ ਹੋਏਗੀ ਤਾਂ ਦੂਸਰੇ ਪਾਸੇ ਕਹਿ ਰਹੇ ਆ ਕਿ ਜਿਹੜੀ ਆਗਾਮੀ ਮੀਟਿੰਗ ਹੋਣੀ ਆ ਸਾਡੀ ਉਹਦੇ ਵਿੱਚ ਅਸੀਂ ਯੋਜਨਾਬੰਦੀ ਬਣਾਵਾਂਗੇ ਉਹਦੇ ਵਿੱਚ ਪੇਸ਼ਬੰਦੀ ਕਰਾਂਗੇ ਕਿ ਕੀ ਕਰਨਾ ਤਾਂ ਤੁਸੀਂ ਹੁਣ ਤੋਂ ਟਰੈਕਟਰ ਮੋਡੀਫਾਈਡ ਨਾ ਕਰਵਾਓ ਤਿਆਰੀਆਂ ਨਾ ਕਰਵਾਓ ਉਹ ਤਕਰੀਰ ਕਰਨ ਲਈ ਸ਼ਾਇਦ ਤੁਸੀਂ ਸੁਣੀ ਹੋਏਗੀ ਜੇ ਨਹੀਂ ਤਾਂ ਤੁਸੀਂ ਸੁਣ ਸਕਦੇ ਹੋ ਆਮ ਹੀ ਉੱਥੇ ਪਈ ਆ 25-30 ਮਿੰਟ ਦੀ ਤਕਰੀਰ ਹੈ ਜਿਹਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਕਹੀਆਂ ਤਾਂ ਚਿੱਠੀ ਦੇ ਵਿੱਚ ਕੀ ਕਰ ਰਹੇ ਆ ਚਿੱਠੀ ਦੇ ਵਿੱਚ ਪ੍ਰੋਗਰਾਮ ਦੇ ਰਹੇ ਤੇ ਜੇ ਐਸਾ ਪ੍ਰੋਗਰਾਮ ਹੈ ਤਾਂ ਫਿਰ ਪੰਜਾਬ ਦੇ ਵਿੱਚੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਸੱਦਣ ਦਾ ਕੀ ਫਾਇਦਾ ਕੀ ਤੋਂ ਕਿਆ ਸਵਾਲ ਉੱਠੇਗਾ ਔਰ ਦੂਸਰੇ ਪਾਸੇ ਬਲਦੇਵ ਸਿੰਘ ਦਿੱਤਾ ਵੀ ਕਹੀ ਜਾਂਦੇ ਕਹਿੰਦੇ ਜੀ ਹਜੇ ਕੋਈ ਪੱਕਾ ਨਹੀਂ ਹੈ ਕਿਵੇਂ ਕਰਨੀ ਹੈ ਪਰੇਡ ਕਿਉਂਕਿ ਮੀਟਿੰਗ ਜਿਹੜੀ ਆ ਹਲੇ ਹੁਣੀ ਬਾਕੀ ਯੋਗਿੰਦਰ ਯਾਦਵ ਵੀ ਇਹੋ ਗੱਲ ਕਹਿ ਰਿਹਾ ਪਰ ਕਮਾਲ ਦੀ ਗੱਲ ਆ ਕਿ ਇੱਕ ਕਿਸਾਨ ਜਥੇਬੰਦੀ ਜਿਹੜੀ ਹੈਗੀ ਮੇਰੇ ਖਿਆਲ ਦੇ ਨਾਲ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਆ ਹਾਂਜੀ PKU ਕ੍ਰਾਂਤੀਕਾਰੀ ਉਹਨਾਂ ਦੇ ਪ੍ਰਧਾਨ ਦਾ ਬਹੁਤ ਤਿੱਖਾ ਪ੍ਰਤੀਕਰਮ ਆਇਆ ਇੱਥੇ ਸਾਰੀ ਖੇਡ ਜਿਹੜੀ ਉਹ ਖਿਲਰਦੀ ਨਜ਼ਰ ਆ ਰਹੀ ਹੈ ਮਾਫ ਕਰਨਾ ਬਹੁਤ ਵੱਡੀਆਂ ਗੱਲਾਂ ਅੱਜ ਵਾਪਰੀਆਂ ਨੇ ਉਹ ਸੁਰਜੀਤ ਸਿੰਘ ਫੂਲ ਕੀ ਕਹਿ ਰਹੇ ਆ ਉਹ ਕਹਿੰਦੇ ਆ ਕਿ ਦੇਖੋ ਲਾਲ ਕਿਲੇ ਤੇ ਟਰੈਕਟਰ ਰੈਲੀ ਕੱਢਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ ਪਰ ਉਹਨਾਂ ਨੇ ਜੋ ਮਤਲਬ ਕਿ ਰਾਜੇਵਾਲ ਨੇ ਕਿਹਾ ਉਹਦੇ ਪ੍ਰਤੀਕਰਮ ਦੇ ਵਿੱਚ ਜਿਹੜੀ ਗੱਲ ਕਹੀ ਆ ਉਹ ਬਹੁਤ ਵੱਡੀ ਗੱਲ ਕਹੀ ਆ ਉਹ ਕਹਿੰਦੇ ਕਿ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਜਾਵੇਗੀ ਸੰਮਤੀ ਨਾਲ ਇਹਨਾਂ ਨੇ ਐਲਾਨ ਕੀਤਾ ਸੀਗਾ
ਤੇ ਉਸ ਦਿਨ ਇਹ ਵੀ ਪਤਾ ਸੀਗਾ ਕਿ ਸਰਕਾਰ ਨੇ ਗਲੀਚੇ ਵਿਛਾ ਕੇ ਸਾਡਾ ਸਵਾਗਤ ਨਹੀਂ ਕਰਨਾ। ਇਹ ਵੀ ਪਤਾ ਸੀਗਾ ਕਿ ਰਾਹ 26 ਨਵੰਬਰ ਬਾਅਦ ਤਾਕਤ ਦੇ ਜ਼ੋਰ ਤੇ ਹੀ ਮਿਲਣਾ ਹੈ, ਤੇ ਫਿਰ 26 ਜਨਵਰੀ ਵਾਲੇ ਦਿਨ ਕਿਸਾਨਾਂ ਨੂੰ ਵੱਧ ਤੋਂ ਵੱਧ ਟਰੈਕਟਰ ਲਿਆਉਣ ਦਾ ਸੱਦਾ ਦਿੱਤਾ ਸੀਗਾ। ਇਸੇ ਕਰਕੇ ਤਾਂ ਦਿੱਤਾ ਸੀਗਾ, ਹੋਰ ਟਰੈਕਟਰਾਂ ਤੋਂ ਕਹਿੰਦੇ ਕਿ ਕੋਈ ਮੱਥਾ ਥੋੜੀ ਨਾ ਟਿਕਾਉਣਾ ਦਿੱਲੀ 'ਚੋਂ। ਇਹ ਦੇਖੋ ਹੁਣ ਕਿੱਡਾ ਵੱਡਾ ਪ੍ਰਤੀਕਰਮ ਆਇਆ ਤੇ ਕਿਸਾਨ ਜਥੇਬੰਦੀ ਦਾ, ਜੋ ਇਹਨਾਂ ਜਥੇਬੰਦੀਆਂ ਦਾ ਹਿੱਸਾ ਵਾ, ਉਹ ਕਹਿੰਦੇ ਕਿ ਪਰ ਜਿਵੇਂ ਜਿਵੇਂ ਹੁਣ ਅੱਗੇ ਸੁਣ ਲਓ, ਕਹਿੰਦੇ ਪਰ ਜਿਵੇਂ ਜਿਵੇਂ 26 ਜਨਵਰੀ ਨੇੜੇ ਆ ਰਹੀ ਆ, ਸਾਡੇ ਕੁਛ ਲੀਡਰਾਂ ਦੀ ਧੜਕਣ ਵੱਧ ਗਈ ਆ। ਸਾਡੇ ਲੀਡਰ ਦਿੱਲੀ ਵਿਚਲੀ ਕਿਸਾਨ ਪਰੇਡ ਤੋਂ ਬਚਣ ਵਾਲੇ ਬਿਆਨ ਦੇ ਰਹੇ ਨੇ। ਸੋ ਇਹ ਨਿਊਜ਼ 18 ਤੇ ਸਾਰਾ ਉਹਨਾਂ ਦਾ ਬਿਆਨ ਪਿਆ, ਕਾਫੀ ਲੰਮਾ ਚੌੜਾ ਆ। ਪਰ ਉਹਦੇ ਚ ਇੱਕ ਗੱਲ ਹੋਰ ਜਿਹੜੀ ਆ ਉਹ ਕੱਢਣ ਵਾਲੀ ਆ, ਉਹ ਕਹਿੰਦੇ ਆ ਕਿ ਦੇਖੋ ਇਹੀ ਕੰਮ ਜਿਹੜਾ ਉਹ ਪਹਿਲਾਂ ਕੁਛ ਗੁਜਰਾਤ ਦੇ ਵਪਾਰੀ ਕਰਦੇ ਸੀ, ਅੱਜ ਕੱਲ ਪੰਜਾਬ ਦੇ ਵਪਾਰੀ ਕਰ ਰਹੇ, ਪਤਾ ਨੀ ਕਿਹਨਾਂ ਨੂੰ ਕਹਿੰਦੇ, ਇਹਨਾਂ ਨੂੰ ਇੱਦਾਂ ਕਸ ਰਹੇ ਨੇ। ਤਾਂ ਉਹ ਕਹਿੰਦੇ ਆ ਕਿ ਦੇਖੋ ਜੀ, ਜਿੱਦਾਂ ਉਹਨਾਂ ਨੇ ਬਿਆਨ ਦਿੱਤਾ ਕਿ ਅੰਗਰੇਜ਼ਾਂ ਵਿਰੋਧੀ ਲੜਾਈ ਉੱਤੇ ਠੰਡਾ ਛਿੜਕਣ ਲਈ ਗੁਜਰਾਤ ਦੇ ਵਪਾਰੀ ਇਹੋ ਜਿਹੇ ਬਿਆਨ ਦਿੰਦੇ ਸੀਗੇ, ਹੁਣ ਇਹੋ ਜਿਹੇ ਬਿਆਨ ਪੰਜਾਬ ਦਾ ਵਪਾਰੀ ਦੇਣ ਲੱਗ ਗਿਆ। ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਹੋਰ ਵੱਧ ਟਰੈਕਟਰ ਨਾਮ ਲਗਵਾਉਣ ਦਾ ਫੈਸਲਾ ਕਿਹੜੀ ਮੀਟਿੰਗ ਨੇ ਕੀਤਾ। ਮਤਲਬ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਹੋਰ ਟਰੈਕਟਰ ਨਾ ਆਉਣ ਜਾਂ ਮੋਡੀਫਾਈਡ ਕਰਕੇ ਨਾ ਆਉਣ, ਐਰਾ ਵਗੈਰਾ ਜੋ ਵੀ ਗੱਲਾਂ ਆ ਰਹੀਆਂ, ਇਹ ਕਿਹਨੂੰ ਪੁੱਛ ਕੇ ਤੁਸੀਂ ਬਿਆਨ ਦੇ ਰਹੇ ਹੋ? ਤਾਂ ਫਿਰ ਉਹਨਾਂ ਨੂੰ ਇਕੱਲੇ ਨੂੰ ਅਜਿਹੇ ਬਿਆਨ ਦੇਣ ਦਾ ਕੀ ਅਧਿਕਾਰ ਹੈ? ਮਤਲਬ ਕਿ ਰਾਜੇਵਾਲ ਨੂੰ ਉਹ ਕਾਊਂਟਰ ਕੁਐਸਚਨਿੰਗ ਕਰ ਰਹੇ। ਮਤਲਬ ਹੁਣ ਕਹਾਣੀ ਵੇਖੋ ਕਿੱਥੋਂ ਤੁਰੀ ਆ, SFJ ਤੋਂ ਮਤਲਬ ਕਿ ਇਹਨਾਂ ਨੇ ਗੱਲ ਸ਼ੁਰੂ ਕੀਤੀ, ਉਦੋਂ ਸਰਵੇ ਕਰਦੇ ਤੇ ਆਪਣਾ ਜਿਹੜਾ ਸੀਗਾ ਸਾਰਾ ਖੇਡ ਖਿਲਾਰ ਕੇ ਬੈਠ। ਹੁਣ ਦੇਖੋ ਪਤਾ ਨੀ ਕੀ ਬਣੇਗਾ। ਹਾਲ ਦੀ ਕਦੀ ਤੁਸੀਂ ਆਪ ਹੀ ਦੇਖ ਲਓ, ਜਿੰਨੀਆਂ ਕੁ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ, ਉਹਨਾਂ ਗੱਲਾਂ ਦਾ ਸਿੱਟਾ ਕੀ ਨਿਕਲਦਾ? ਸਿੱਟਾ ਇਹੋ ਨਿਕਲਦਾ ਕਿ ਕਿਤੇ ਨਾ ਕਿਤੇ ਕੋਆਰਡੀਨੇਸ਼ਨ ਦੇ ਵਿੱਚ ਕਮੀ ਆ, ਮਿਸਕਮਿਊਨੀਕੇਸ਼ਨ ਨਜ਼ਰ ਆਉਂਦਾ, ਔਰ ਕੰਟਰਾਡਿਕਸ਼ਨ ਨਜ਼ਰ ਆ ਰਹੀ ਆ ਕਿ ਪਹਿਲਾਂ ਤੁਸੀਂ ਆਪ ਹੀ ਐਲਾਨ ਕਰ ਦਿੱਤਾ, ਹੁਣ ਜਦੋਂ ਬਹੁਤ ਵੱਡੇ ਪੱਧਰ ਤੇ ਲਾਮਬੰਦੀ ਹੋ ਗਈ ਪੰਜਾਬ ਅਤੇ ਹਰਿਆਣੇ 'ਚ, ਹੁਣ ਤੁਹਾਨੂੰ ਡਰ ਆ ਰਿਹਾ। ਔਰ ਇਹ ਚੀਜ਼ ਤੁਹਾਨੂੰ ਸੋਚ ਲੈਣੀ ਚਾਹੀਦੀ ਸੀਗੀ। ਦੇਖੋ ਮੈਂ ਜਦੋਂ ਇਹ ਗਏ ਆ 28 ਤਰੀਕ ਨੂੰ ਲਾਈਵ ਹੋ ਕੇ ਆਪਣੇ ਫੇਸਬੁੱਕ ਤੋਂ ਕਹਿ ਦਿੱਤਾ ਸੀਗਾ ਕਿ ਭਾਈ ਆ ਮਸਲਾ ਹੋਣਾ, ਹੁਣ ਤੁਸੀਂ ਦਿੱਲੀ ਚੱਲ ਤਾਂ ਗਏ ਹੋ, ਤੁਹਾਨੂੰ ਉਹਨਾਂ ਨੇ ਘੇਰਨਾ ਥਰੂ ਕੋਰਟ, ਤੁਹਾਨੂੰ ਉਹਨਾਂ ਨੇ ਅਦਾਲਤ ਦੇ ਜ਼ਰੀਏ ਘੇਰਨਾ ਹੈ। ਤਾਂ ਤੁਸੀਂ ਇਹ ਰਣਨੀਤੀ ਬਣਾ ਕੇ ਚੱਲਦੇ ਉੱਥੇ ਕਿ ਹਾਂ ਭਾਈ ਅਸੀਂ ਇਹਦਾ ਤੋੜਾ ਕੀ ਲੱਭਣਾ ਹੈ ਜਾਂ ਇਹਦਾ ਤੋੜ ਕੀ ਲੱਭਣਾ? ਤੁਸੀਂ ਪ੍ਰੋਗਰਾਮ ਪਹਿਲਾਂ ਦੇ ਦਿੱਤਾ, ਉਧਰੋਂ ਅਗਲਿਆਂ ਨੇ ਐਨ ਮੌਕੇ ਤੇ ਅਦਾਲਤ ਦੇ ਵਿੱਚ ਤੁਹਾਡੇ ਤੋਂ ਜਵਾਬ ਤਲਬੀ ਕਰ ਲਈ। ਹੁਣ ਉੱਥੇ ਜੇ ਇਹ ਜਾਂਦੇ ਨਹੀਂ ਤੇ ਤਦ ਵੀ ਸੁਪਰੀਮ ਕੋਰਟ ਜਿਹੜੀ ਆ ਕੋਈ ਐਕਸ਼ਨ ਲੈ ਸਕਦੀ ਇਹਨਾਂ ਤੇ, ਕਿਉਂਕਿ ਇਹਨਾਂ ਨੇ ਇੱਕ ਤੇ ਇਹ ਵੀ ਕਹਿ ਦਿੱਤਾ ਨਾ ਕਿ ਅਸੀਂ ਭਾਈ ਪੇਸ਼ ਨਹੀਂ ਹੋਵਾਂਗੇ ਕਮੇਟੀ ਜੇ, ਤੇ ਜੇ ਮੰਨ ਲਓ ਅਦਾਲਤ 'ਚ ਜਾ ਕੇ ਹੁਣ ਜਵਾਬ ਵੀ ਨਹੀਂ ਦਿੰਦੇ ਖਾਲਿਸਤਾਨ ਦੇ ਮੁੱਦੇ ਤੇ ਜਾਂ ਟਰੈਕਟਰ ਰੈਲੀ ਦੇ ਮੁੱਦੇ ਤੇ, ਤੇ ਤਦ ਵੀ ਕਿਤੇ ਨਾ ਕਿਤੇ ਇਹ ਕਾਰਵਾਈ ਦੀ ਜ਼ੱਦ ਚਾਹ ਸਕਦੇ ਆ। ਤੇ ਜੇ ਜਾ ਕੇ ਕੋਈ ਉੱਥੇ ਐਫੀਡੈਵਿਟ ਵਗੈਰਾ ਦੇ ਦਿੰਦੇ, ਅੰਡਰਟੇਕਿੰਗ ਦੇ ਦਿੰਦੇ ਆ ਕਿ ਹਾਂਜੀ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ, ਤੇ ਫਿਰ ਲੋਕ ਜਿਹੜੇ ਆਪ ਮੁਹਾਰੇ ਜਿਵੇਂ ਅੱਗੇ ਪੰਜਾਬ ਦੇ ਬਾਰਡਰ ਤੋੜ ਕੇ ਗਾਂ ਲੰਘ ਆਏ ਸੀ, ਫਿਰ ਉਸ ਸੂਰਤ ਦੇ ਵਿੱਚ ਵੀ ਕੰਮ ਖਰਾਬ ਹੋਏਗਾ। ਔਰ ਜੇ ਕੋਈ ਮੰਨ ਲਓ ਅਦਾਲਤੀ ਹੁਕਮ ਤੋੜਿਆ ਜਾਂਦਾ, ਫਰਜ਼ ਕਰੋ ਅਦਾਲਤ ਰੋਕ ਲਾ ਦਿੰਦੀ ਹੈ ਕਿਸੇ ਕਿਸਮ ਦੀ ਕਿ ਤੁਸੀਂ ਨਹੀਂ ਵਧਣਾ, ਤੇ ਇਹ ਸਰੈਂਡਰ ਕਰ ਜਾਂਦੇ ਆ ਕਿਸਾਨ ਆਗੂ ਕਿ ਸਾਡੇ ਹੁਣ ਵੱਸ ਦੀ ਗੱਲ ਨਹੀਂ ਹੈ, ਕੋਈ ਪੀੜ ਫਿਰ ਉਸੇ ਹੀ ਤਰ੍ਹਾਂ ਵੱਧ ਜਾਂਦੀ ਆ ਮੁਹਾਰੇ ਕਿ ਲਓ ਬਈ ਅਸੀਂ ਚੱਲੇ ਤੁਸੀਂ ਆਉਣਾ ਤਾਂ ਜੋ। ਤਾਂ ਫਿਰ ਉਸ ਸੂਰਤ ਦੇ ਵਿੱਚ ਤਦ ਵੀ ਸਟੇਟ ਨਹੀਂ ਹੈਗਾ, ਬਹੁਤ ਜ਼ਿਆਦਾ ਭੰਡਿਆ ਜਾਏਗਾ ਕਿ ਦੇਖ ਲਓ ਸੁਪਰੀਮ ਕੋਰਟ ਨੇ ਰੋਕਿਆ ਸੀਗਾ ਇਹ ਲੋਕ, ਉੱਥੇ ਫਿਰ ਕੁਛ ਵੀ ਹੋ ਸਕਦਾ। ਸੋ ਇਹ ਬਹੁਤ ਵੱਡੇ ਕੁਐਸਚਨ ਮਾਰਕ ਨੇ ਇਹਨਾਂ 3-4 ਪ੍ਰਕਰਨਾਂ ਨੂੰ ਜੇ ਤੁਸੀਂ ਅੱਜ ਜੋੜ ਕੇ ਦੇਖੋਗੇ। ਸੁਪਰੀਮ ਕੋਰਟ 'ਚ ਗਿਆ ਮੁੱਦਾ, ਕਿਸ ਤਰ੍ਹਾਂ ਉਹਨਾਂ ਨੇ ਗਿਰਫਤਾਰ ਸਿਰਜ ਦਿੱਤਾ, ਸੁਪਰੀਮ ਕੋਰਟ ਦੇ ਵਿੱਚ ਕਿਹੜੀ ਖੁਫੀਆ ਏਜੰਸੀ ਆ ਜਿਹਨੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਦੱਸੀਆਂ ਕਿ ਇੱਥੇ ਖਾਲਿਸਤਾਨੀ ਅਨਸਰ ਆ ਗਏ, ਫੰਡਿੰਗ ਵਗੈਰਾ ਹੁੰਦੀ ਆ, ਤਾਂ ਜੇ ਤੁਹਾਡੇ ਸਰਕਾਰ ਦੇ ਹੁੰਦੇ ਇਸ ਤਰ੍ਹਾਂ ਹੋਈ ਆ ਤੇ ਫਿਰ ਪਹਿਲਾਂ ਤੇ ਲਾਂਚ ਆਪਣੇ ਆਪ ਨੂੰ ਪਾਓ। ਔਰ ਦੂਜੀ ਗੱਲ ਇਹ ਆ ਕਿ ਉੱਥੇ ਤੇ ਇਹ ਵੀ ਕਿਹਾ ਸਰਕਾਰ ਨੇ ਕਿ ਦੇਖੋ ਜੀ ਅਸੀਂ ਰਾਏ ਸ਼ੁਮਾਰੀ ਕਰਵਾਈ ਸੀ ਪਹਿਲਾਂ, ਅਸੀਂ ਰਾਏ ਲਈ ਸੀਗੀ ਲੋਕਾਂ ਦੀ ਕਿ ਹਾਂ ਭਾਈ ਬਿੱਲ ਬਣਨੇ ਚਾਹੀਦੇ ਆ ਜਾਂ ਨਹੀਂ, ਤਾਂ ਉਹ ਬਹੁਤ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਸੀ ਜਿਹਨਾਂ ਨੇ ਆਖਿਆ ਕਿ ਸੁਧਾਰ ਹੋਣੇ ਚਾਹੀਦੇ ਆ। ਪਰ ਜੇ ਤੁਸੀਂ RTI ਦੇ ਜਵਾਬ ਦੇਖੋਗੇ ਤਾਂ ਇਹਨਾਂ ਦੇ ਕੋਲ ਕੋਈ ਲਿਖਤੀ ਤੇ ਹੈ ਹੀ ਨਹੀਂ, ਡਾਕੂਮੈਂਟ ਕੋਈ ਜਨਤਕ ਤੇ ਕਰ ਹੀ ਨਹੀਂ ਰਹੇ ਕਿ ਕਿਹਦੀ ਰਾਏ ਲਈ ਆ। ਇੱਕ ਵੀ ਕਿਸਾਨ ਸੰਗਠਨ ਇੰਡੀਆ ਦਾ ਨਹੀਂ ਦੱਸ ਰਿਹਾ ਕਿ ਅਸੀਂ ਇਹਦੀ ਕੋਈ ਕੰਸੈਂਟ ਲਈ ਆ ਜੀ। ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਬਹੁਤ ਕੁਛ ਆਉਣ ਵਾਲੇ ਦਿਨਾਂ 'ਚ ਵਾਪਰ ਸਕਦਾ, ਪਰ ਵੱਡੀ ਅਪਡੇਟ ਇਸ ਵੇਲੇ ਵੀ ਇਹ ਆ ਕਿ ਕੱਲ੍ਹ ਜਿਹੜੀ ਮੀਟਿੰਗ ਹੋਣੀ ਸੀ ਇਹਨਾਂ ਦੀ 9ਵੇਂ ਗੇੜ ਦੀ, ਇਹਦੇ ਉੱਤੇ ਤਲਵਾਰ ਲਟਕ ਰਹੀ ਸੀਗੀ। ਸੋ ਲਿਹਾਜ਼ਾ ਉਹਦੇ ਬਾਰੇ ਅਪਡੇਸ਼ਨ ਆ ਕਿ ਉਸ ਮੀਟਿੰਗ ਦਾ ਮੁੱਢ ਵੱਜ ਗਿਆ, ਭਾਵ ਇਹ ਆ ਕਿ ਉਹ ਮੀਟਿੰਗ ਹੁਣ
दोपहर 12 बजे होएगी। तो देखते हैं अगे की बनता, पर राजेवाल के बयान और उस तो बाद चिट्ठी, उस तो बाद इन्हों के अपने साथियों के प्रतिक्रम, उस तो बाद सोशल मीडिया का गा, यह सारिया चीजा कि ना कि थोड़िया अज के दिन के निराशा पैदा करने वाली रही। जी जी बिल्कुल, आई डोंट नो, जो राज्यपाल ने हिंसा वाली जी गल की है कि कोई मिंटू जी इदा दे लग रहा है भी इन्होंने हिंसा करनी है जो किसान ने उत्थे? नहीं देखो ये तो कमाल की गल है, सुप्रीम कोर्ट भी अपने आप ही कह रही थी कि कितने हिंसा हो सकती है, राज्यपाल साहब भी उही गल कह रहे हैं। कहने का मतलब तो यो है ना कि समझ ही नहीं आ रही कि क्यों ऐसा वापर रहा है कि अज तक तो हिंसा हो ही नहीं है। सुप्रीम कोर्ट खुद मानता है कि बहुत पीसफुल चल रहा है, इतने सत्याग्रह है एक तरह ना, तो दूसरे पास आते कहते कि हिंसा हो सकती है। ये तो अपने आप के हाइपोथेटिकल गल होगी ना कि इस तरह हो सकता, तो फिर तो बहुत कुछ हो सकता, तो बहुत कुछ हो सकता। तो मेरे ख्याल के नाल देखो राजेवाल ने जी गल कही है ना, राजेवाल ने गल जिवें मैं समझता कि गुस्से तो बचने वास्ते थोड़ी गल घुमा के कही है कि जिदा तुम कहने हो, क्योंकि चंदूनी साहब ने कहा कि धूप देने वास्ते थोड़ी ना ट्रैक्टर बुला रहे अभी गांह जावे, इन्हों की पहली तकरीर तो मतलब कि हम तुम क्रोनोलॉजी हो जिम्मे अमित शाह ने कहा तो समझो, पहले इन्होंने तकरीर की, पहले इन्होंने तकरीर की इस तरह मतलब कि जी मैं तुम्हें दसी है 30 मिनट की तकरीर है, फिर उस तो बाद चंदूनी साहब का बयान आ गया क्योंकि इन्होंने कहा ना कि ट्रैक्टर वगैरह मॉडिफाइड ना कराओगे तुम, अभी बैरियर तोड़ने हैं जब फलां टमका, चंदूनी साहब ने कहा कि अभी धूप देने वास्ते थोड़ी ना ट्रैक्टर मंगा रहे हैं। तो उतों गल निकलती निकलती फिर यह भी आ गई, फिर इन्होंने प्रतिक्रम दे दिता कि कुछ साड़ियां जथेबंदियां दे बंदे कहते हैं कि पार्लीमेंट से जाके असी झंडा चलावे जा असी उसे कब्जा कर लेना, तो वो हिंसा आ गई ना क्योंकि उसे कुछ जान तो देगा नहीं, धक्के ही जाओगे तुम लड़के जाओगे शायद इसे चीज में वो कह रहे हैं। तो वो दूसरा मुद्दा तो चलो वो तो पिछे रह गया, मैं जिम्मे तो क्या कि जो एस एफ जे का ऐलान जो उधर सुप्रीम कोर्ट चल रहा थी आपस के बच्चे रह पे है किसान जी। जी अगली मिनटों जी गल करिए सुप्रीम कोर्ट वालों खेती कानूनों के बारे बनाई कमेटी के विचों, भुपिंदर मान ने अपने आप नूं लांभे कर लिया, कहिंदे जी मैं नहीं बनना कमेटी का हिस्सा। हाँ जी देखो ये तो निकल गया मैं बह के भुपिंदर सिंह मान, क्योंकि काफी ज्यादा विरोध होया सीगा, ये तो डिग पई है, इन्होंने अपने अस्तीफे के जी गल कही है वो यो कि देखो मैं पंजाब यानी देश के किसान के हित में कुछ भी कर सकता, मतलब कि उन्होंने ऐसा एक स्टेटमेंट दिता जरा मीडिया को अंग्रेजी के 8-10 लाइना का होना वो मैं पढ़िया, 8-10 लाइना का मसीन होना, छोटा जहा स्टेटमेंट है, कोई ज्यादा वाला स्टेटमेंट नहीं है, कोई वही सफाई नहीं है उस मुद्दे से, और सीधे तौर पर उन्होंने जो लिखा वह तत् सर यह हुई है कि मैं पंजाब वास्ते या किसानों वास्ते कोई भी अहदा छड़ सकता, सो मैं ये फैसला लिया के कमेटी तो हट रहा, नाल उन्होंने सुप्रीम कोर्ट का पहला थैंक्स भी किया, धन्यवाद भी किया, रिकॉर्ड भी किया कि उन्होंने ये माण बख्शिया गया। खैर अज ही एक चीज होर वापरी कि इन्हों की ही किसान जथेबंदी ने भुपिंदर सिंह मान को बाय बाय कर दी कि भाई साडा कोई नाता नहीं है, मतलब कि देखो जिहड़े बंदे ने 60 तो लैके अज तक किन्ने साल हो गए 60 साल, 60 तो लैके 20 तक 60 साल जे कहीए तक किसानी संघर्ष के बताए ने, क्योंकि 60 के दहाके से इन्होंने पहला अपना छोटा जिहा फार्मर एसोसीएशन ग्रुप बनाया सीगा, तो उतों चलते चलते देख लो कितों तक आए, तो अज की डेट के हालत यह होगी कि उन्हों का अपना संगठन अपनी जथेबंदी उन्होंने नालों नाता हो गई। हालांकि ये हम कहते हैं कि मैं ये फैसला जोड़ा किसान के हित से लिया, पर सब तो बड़ा सवाल तो राजकरणवीर सिंह जी ये रहेगा ना कि की तुम अज बिलों के विरोध के खलोने हो, सब तो बड़ा सवाल तो यही रहेगा, क्योंकि जे तुम किसानों के नाल खलो रहे हो, पंजाब के नाल खलो रहे हो, तो पंजाब या पंजाब का जोड़ा बहु गिणती का किसान आ वो तो बिलों के उल्ट खलोता है, तुम तो वह शख्स हो तुम और कमेटी का दूसरा मैंबर अनिल धनवत, ਇਹ ਤੁਸੀਂ ਦੋਨੇ ਤੇ ਜਾ ਕੇ ਲਿਖਤੀ ਉੱਤੇ ਸਮਰਥਨ ਦੇ ਕੇ ਆਏ ਹੋ ਸਰਕਾਰ ਨੂੰ, ਤਾਂ ਕੀ ਜਿਹੜਾ ਤੁਹਾਡਾ ਹਿਰਦੇ ਪਰਿਵਰਤਨ ਹੋਇਆ ਉਹਦੇ ਵਿੱਚ ਹੁਣ ਕੀ ਇਹ ਚੇਂਜਿੰਗ ਵੇਖਣ ਨੂੰ ਮਿਲੂਗੀ ਕਿ ਹਾਂ ਭਾਈ ਮੈਂ ਹੁਣ ਬਿੱਲਾਂ ਦਾ ਵਿਰੋਧ ਕਰਦਾ, ਤਾਂ ਕਿਹੜੇ ਮੂੰਹ ਨਾਲ ਕਰੋਗੇ ਤੁਸੀਂ ਵਿਰੋਧ, ਪਹਿਲਾਂ ਤਾਂ ਲਿਖਤੀ ਦੇ ਕੇ ਆਏ ਹੋ ਸਰਕਾਰ ਨੂੰ, ਸਰਕਾਰ ਨੂੰ ਨਾਰਾਜ਼ ਕਰ ਲੂਗੇ ਵੱਡਾ ਸਵਾਲ ਹੈ, ਔਰ ਦੂਜੀ ਗੱਲ ਇਹ ਆ ਕਿ ਤੁਸੀਂ ਇੱਕੋ ਹੀ ਸੰਗਠਨ ਦੇ ਇੱਕ ਤਰ੍ਹਾਂ ਨਾਲ ਲਾ ਲਈਏ, ਸ਼ੇਤਕਾਰੀ ਸੰਗਠਨ ਉਹਨਾਂ ਦਾ ਧੰਨਵਾਦ ਹੋਰਾਂ ਦਾ,
ਪਰ ਇਹਨਾਂ ਦਾ ਆਪਸ ਦੇ ਵਿੱਚ ਇੱਕ ਕਿਸਾਨ ਤਾਲਮੇਲ ਮੋਰਚਾ ਬਣਿਆ ਜਾਂ ਕਮੇਟੀ ਬਣੀ, ਉਹਦੇ ਚੇਅਰਮੈਨ ਆ ਤੇ ਉਹ ਜਿਹੜੇ ਧੰਨਵਤ ਸਾਹਿਬ ਆ ਮੈਂਬਰ ਆ। ਪਰ ਸਭ ਤੋਂ ਵੱਡਾ ਸਵਾਲ ਇਹੋ ਆ ਕਿ ਕੀ ਅਨਿਲ ਧੰਨਵਤ ਇਹੋ ਜਿਹਾ ਜਿਗਰਾ ਦਿਖਾ ਦੇਣਗੇ, ਕਿਉਂਕਿ ਮੁੱਦਾ ਤੇ ਇਹ ਵੀ ਹੈ ਨਾ ਕਿਸਾਨੀ ਨਾਲ ਜੁੜਿਆ ਤਾਂ ਉਹ ਵੀ ਕਿਸਾਨੀ ਸੰਗਠਨ ਨਾਲ ਜੁੜੇ ਆ। ਜੇ ਤੁਹਾਨੂੰ ਲੱਗਦਾ ਕਿ ਕਮੇਟੀ 'ਚ ਰਹਿਣਾ ਠੀਕ ਨਹੀਂ ਤਾਂ ਫਿਰ ਜੇ ਉਹ ਰਹਿੰਦੇ ਆ ਤਾਂ ਕੀ ਉਹਨਾਂ ਦਾ ਰਹਿਣਾ ਠੀਕ ਆ? ਤੇ ਦੂਜੀ ਗੱਲ ਇਹ ਆ ਜੇ ਖੁਦ ਕਮੇਟੀ ਮੈਂਬਰ ਕਮੇਟੀ ਛੱਡ ਕੇ ਜਾ ਰਹੇ ਤਾਂ ਸੁਪਰੀਮ ਕੋਰਟ ਨੇ ਜਿਹੜੇ ਇਹ ਹੀਰੇ ਖੋਜੇ ਆ ਕੀ ਉਹਨਾਂ ਦੀ ਖੋਜ ਠੀਕ ਰਹੀ ਹੈ? ਸਭ ਤੋਂ ਵੱਡਾ ਸਵਾਲ ਹੈ ਜੀ, ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਕੋਈ ਉੱਥੇ ਰਾਏ ਨਹੀਂ ਲਈ ਗਈ, ਕੋਈ ਉੱਥੇ ਪੈਨਲ ਲਿਸਟਡ ਨਹੀਂ ਕੀਤਾ ਗਿਆ ਬਈ ਹਾਂ ਆ ਜਿਹੜੇ ਆਪਾਂ ਬੰਦੇ ਆ ਇਹਨਾਂ ਦੇ ਵਿੱਚੋਂ ਸ਼ਾਰਟ ਲਿਸਟ ਕਰਾਂਗੇ, ਕੋਈ ਐਸਾ ਕੋਈ ਪੈਨਲ ਉੱਥੇ ਲਿਸਟਡ ਨਹੀਂ ਕੀਤਾ ਗਿਆ। ਸਭ ਤੋਂ ਵੱਡਾ ਸਵਾਲ ਰਹੇਗਾ ਕਿ ਕੀ ਇਹ ਮੌਕਾ ਆ ਗਿਆ ਕਿ ਹੁਣ ਦੂਜੇ ਵੀ ਕਮੇਟੀ ਮੈਂਬਰ ਆਪਣੇ ਆਪ ਹੀ ਜੋ ਉਹਨਾਂ ਨੇ ਕਰਵਾ ਲਈ ਆ ਲਾਭ ਪਾ ਲੋਕਾਂ ਤੋਂ ਉਹ ਚੀਜ਼ ਦੇ ਮੱਦੇਨਜ਼ਰ ਹੱਥ ਜੋੜ ਕੇ ਨਿਕਲ ਲੈਣ ਤਾਂ ਕਿ ਸੁਪਰੀਮ ਕੋਰਟ ਦਾ ਥੋੜਾ ਮੌਕਾ ਜਿਹੜਾ ਭਰੋਸਾ ਰਹਿ ਸਕੇ, ਤੇ ਜੇ ਨਹੀਂ ਤਾਂ ਸੁਪਰੀਮ ਕੋਰਟ ਨੂੰ ਹੀ ਆਪਣਾ ਭਰੋਸਾ ਜਿਹੜਾ ਉਹ ਫਿਰ ਤੋਂ ਬਹਾਲ ਕਰਨ ਵਾਸਤੇ ਪੈਸੇ ਤਾਂ ਹੈਗਾ ਹੀ ਆ, ਲੋਕਾਂ ਦਾ ਬਹੁਤ ਸਾਰੇ ਲੋਕਾਂ ਦਾ ਭਰੋਸਾ ਹੈਗਾ, ਮਤਲਬ ਕਿ ਇਸ ਮਾਮਲੇ ਦੇ ਵਿੱਚ ਪੂਰਨ ਤੌਰ ਤੇ ਭਰੋਸਾ ਜਿਹੜਾ ਲੋਕਾਂ ਦੇ ਵਿੱਚ ਇੱਕ ਮੈਸੇਜ ਦੇ ਰੂਪ ਚ ਭੇਜਣ ਵਾਸਤੇ ਉਹਨਾਂ ਨੂੰ ਚਾਹੀਦਾ ਕਿ ਇਸ ਕਮੇਟੀ ਦਾ ਦੁਬਾਰਾ ਗਠਨ ਕਰਨ। ਬਹੁਤ ਵੱਡੇ ਵੱਡੇ ਇੱਥੇ ਇਕਨੋਮਿਸਟ ਹੈਗੇ ਆ ਜਿਹੜੇ ਖੇਤੀਬਾੜੀ ਨਾਲ ਜੁੜੇ, ਦਵਿੰਦਰ ਸ਼ਰਮਾ ਜੀ ਹੈਗੇ ਆਪਣੇ ਪੰਜਾਬੀ ਹੈ, ਬਹੁਤ ਵੱਡੇ ਸਾਈਨਾਥ ਹੈਗੇ ਆ, ਬਹੁਤ ਵੱਡੇ ਵੱਡੇ ਹੈਗੇ ਆ, ਬੀਪੀ ਕਵਿਤਾ ਹੈਗੀ ਆ, ਸੋ ਬਹੁਤ ਸਾਰੇ ਐਸੇ ਪੈਨਲਿਸਟ ਤੁਹਾਨੂੰ ਮਿਲ ਸਕਦੇ ਆ ਜਿਹੜੇ ਪੈਨਲ ਦੇ ਵਿੱਚ ਤੁਹਾਡੇ ਕਮੇਟੀ ਦੇ ਵਿੱਚ ਕੰਮ ਕਰ ਸਕਦੇ ਆ। ਔਰ ਉਹਨਾਂ ਦੀ ਮੈਨੂੰ ਲੱਗਦਾ ਨਹੀਂ ਹੈ ਕਿ ਕਿਸੇ ਵੀ ਕਿਸਮ ਦੀ ਕਾਰਵਾਈ ਤੇ ਕੋਈ ਇਤਰਾਜ਼ ਹੋਏਗਾ, ਬੇਸ਼ੱਕ ਕਿਸਾਨ ਜਾਣ ਜਾਂ ਨਾ ਜਾਣ, ਪਰ ਇਹ ਨਹੀਂ ਕਹਿ ਸਕਦੇ ਤੁਸੀਂ ਕਿ ਉਹ ਜੀ ਬਾਅਦ ਚ ਕਾਰਵਾਈ ਕਰ ਸਕਦੇ ਆ ਜਾਂ ਉਹ ਸਰਕਾਰ ਦੇ ਮੁੱਠ ਦੇ ਦਸਤੇ ਬਣ ਕੇ ਚੱਲੂਗੇ, ਤੋ ਐਸਾ ਇਲਜ਼ਾਮ ਘੱਟੋ ਘੱਟ ਨਹੀਂ ਲੱਗੇਗਾ ਜੀ। ਪਰ ਇੱਥੋਂ ਤੇ ਫਿਰ ਮਿੰਟੂ ਜੀ ਕਿਤੇ ਨਾ ਕਿਤੇ ਇਹਨਾਂ ਦੀ ਬਣਾਈ ਕਮੇਟੀ ਦਾ ਮੈਂਬਰ ਆਪ ਕਹਿੰਦਾ ਆ ਵੀ ਇਹ ਸਾਰਾ ਕੁਛ ਆ, ਤੋ ਕਿਤੇ ਨਾ ਕਿਤੇ ਫਿਰ ਸੋਚਣਾ ਚਾਹੀਦਾ ਵੀ ਇਹ ਜਿਹੜੇ ਕਾਨੂੰਨ ਆ ਇਹਦੇ ਵਿੱਚ ਕਿਤੇ ਨਾ ਖਰਾਬੀਆਂ ਹੈਗੀਆਂ ਹੀ ਹੈਗੀਆਂ। ਉਹ ਤੇ ਦਿਸਦਾ ਹੀ ਆ ਨਾ, ਉਹ ਤੇ ਦੇਖੋ ਉਹ ਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ, ਸੁਪਰੀਮ ਕੋਰਟ ਨੇ ਹੋਲਡ ਕਰਕੇ ਇਹੀ ਤੇ ਮੋਹਰ ਲਾਈ ਆ ਨਾ ਕਿ ਪੂਰੇ ਤੌਰ ਤੇ ਤੁਹਾਡੇ ਬਈ ਕਾਨੂੰਨ ਜਿਵੇਂ ਤੁਸੀਂ ਕਹਿੰਦੇ ਸੀ ਇਹ ਤਾਂ ਪਰਫੈਕਟ ਨੇ, ਉਹ ਗੱਲ ਤਾਂ ਉਸ ਦਲੀਲ ਦੀ ਤੇ ਭੱਜੀ ਉੱਡ ਗਈ ਨਾ ਉਸ ਵੇਲੇ ਇੱਕ ਪੈਸੇ। ਤੁਸੀਂ ਇੱਕ ਚੀਜ਼ ਦੇਖੋ ਨਾ, ਸੁਪਰੀਮ ਕੋਰਟ ਨੇ ਜੋ ਕੰਮ ਕੀਤਾ ਇਹ ਇਕੱਲਾ ਕਿਸਾਨ ਦੇ ਪੱਖ ਤੋਂ ਨਾ ਵੇਖੋ, ਤੁਸੀਂ ਕੱਲ ਨੂੰ ਵਿਧਾਨ ਪਾਲਿਕਾ ਤੇ ਜਿਹੜੀ ਨਿਆਂ ਪਾਲਿਕਾ ਉਹਦੇ ਦਖਲ ਦਾ ਵੀ ਤਾਂ ਤੁਸੀਂ ਦੇਖੋ ਨਾ, ਐਸਾ ਬਹੁਤ ਘੱਟ ਹੋਇਆ ਇਸ ਤਰ੍ਹਾਂ ਤੁਹਾਨੂੰ ਹੋਲਡ ਕਰ ਦਿੱਤੇ ਗਏ ਹੋਣ, ਇਹ ਬਹੁਤ ਵੱਡਾ ਮੌਕਾ ਹੈ। ਔਰ ਇਹ ਜਿਹੜੇ ਲੋਕ ਕਹਿੰਦੇ ਆ ਜਿਹੜੇ ਭਾਜਪਾ ਵਾਲੇ ਸਾਡੇ ਵੀਰ ਦਿੰਦੇ ਆ ਦਲੀਲ ਕਿ ਐ ਤਾਂ ਜੀ ਕੱਲ ਨੂੰ ਕੋਈ 370 ਦੇ ਉਲਟ ਆ ਕੇ ਬੈਠ ਜਾਊਗਾ, ਕੱਲ ਨੂੰ ਤੇ ਕੋਈ ਐ ਕਰੂਗਾ, ਤੇ ਐ ਫਿਰ ਕੱਲ ਨੂੰ ਤੁਸੀਂ ਇਹ ਵੀ ਸੋਚੋ ਨਾ ਕਿ ਸੁਪਰੀਮ ਕੋਰਟ ਨੂੰ ਗਵਾਚ ਲਿਆਉਣ ਵਾਸਤੇ ਕੱਲ ਨੂੰ ਫਿਰ ਕੋਈ ਦੂਸਰਾ ਐ ਵੀ ਕਰ ਸਕਦਾ, ਤਾਂ ਇਸ ਪੱਖ ਤੋਂ ਵੀ ਸੋਚੋ ਕਿ ਕਾਨੂੰਨ ਜਿਹੜੇ ਹੋਲਡ ਕੀਤੇ ਗਏ ਉਹ ਛੋਟੀ ਗੱਲ ਤੋਂ ਨਹੀਂ ਕੀਤੇ ਗਏ, ਹਾਲਾਂਕਿ ਸੁਪਰੀਮ ਕੋਰਟ ਕੋਲ 40 ਹੈ ਸ਼ਾਇਦ ਆਰਟੀਕਲ 142 ਉਹਨਾਂ ਨੂੰ ਪਾਵਰ ਦਿੰਦਾ, ਜਿੰਨਾ ਕੁ ਮੈਂ ਸੰਵਿਧਾਨ ਪੜਿਆ ਨਾ ਜਿੰਨਾ ਕੁ ਆਪਾਂ ਨੂੰ ਜਾਣਕਾਰੀ ਹੈ, ਤਾਂ ਮੇਰੇ ਖਿਆਲ ਦੇ ਨਾਲ ਆਰਟੀਕਲ 142 ਇੰਪਾਵਰ ਕਰਦਾ ਸੁਪਰੀਮ ਕੋਰਟ ਨੂੰ, ਕਰ ਸਕਦੇ ਆ, ਪਰੰਤੂ ਇਹਦੇ ਨਾਲ ਜੋ ਇੱਕ ਜਿੱਦਾਂ ਕਹਿ ਲਈਏ ਕਿ ਅਧਿਕਾਰ ਖੇਤਰਾਂ ਦਾ ਇੱਕ ਵੰਡਵਾ ਕੰਮ ਹੈ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਜ਼ਰੂਰ ਹੋਇਆ, ਇਹ ਗੱਲ ਦੂਸਰੇ ਪੱਖ ਤੋਂ ਸੋਚਣ ਵਾਲੀ ਹੈ। ਜੀ ਜੀ, ਅਗਲੀ ਗੱਲ ਕਰੀਏ, ਕਹਿੰਦੇ ਸਾਡਾ ਇੱਕੋ ਇੱਕ ਮਕਸਦ ਕਾਨੂੰਨ ਰੱਦ ਕਰਵਾਉਣਾ, ਡੱਲੇਵਾਲ ਹੁਣਾਂ ਦਾ ਬਿਆਨ। ਹਾਂਜੀ, ਡੱਲੇਵਾਲ ਸਾਹਿਬ ਆਏ ਸੀਗੇ ਅੱਜ ਮੁਕਤਸਰ, ਮੁਕਤਸਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਅੱਜ ਮਾਘੀ ਦਾ ਤਿਉਹਾਰ, 40 ਮੁਕਤਿਆਂ ਦੀ ਧਰਤੀ ਆ ਮੁਕਤਸਰ ਸਾਹਿਬ, ਜਿਹਨਾਂ ਨੇ ਮਾਘੀ ਦਾ ਮੇਲਾ ਵੇਖਿਆ ਤੁਹਾਡੇ ਵਿੱਚ ਉਹ ਜ਼ਰੂਰ ਮਿਸ ਕਰਨਗੇ ਉਸ ਦਿਨ ਉਸ ਤਿਉਹਾਰ ਨੂੰ, ਬਹੁਤ ਵੱਡਾ ਭਾਰੀ ਮੇਲਾ ਹੁੰਦਾ, ਜੋੜ ਮੇਲਾ ਹੁੰਦਾ, ਤਾਂ ਇਸ ਮੌਕੇ ਤੇ ਕਾਨਫਰੰਸਾਂ ਵਗੈਰਾ ਹੁੰਦੀਆਂ, ਤੁਹਾਨੂੰ ਯਾਦ ਹੋਣਾ ਬਹੁਤ ਵੱਡੀਆਂ ਸਟੇਜਾਂ ਲੱਗਦੀਆਂ ਨੇ, ਪਰੰਤੂ ਇਸ ਦਫ਼ਾ ਨਹੀਂ ਕੀਤਾ ਗਿਆ ਕਿਉਂਕਿ ਸਾਰਾ ਪੰਜਾਬ ਕਿਸਾਨ ਸੰਘਰਸ਼ ਦੇ ਵਿੱਚ ਸੀਗਾ, ਤਾਂ ਸਿਆਸੀ ਤਨਜ਼ੀਮਾਂ ਨੇ ਇੱਕ ਅੱਛਾ ਫੈਸਲਾ ਲਿਆ, ਸਿਆਣਾ ਫੈਸਲਾ ਲਿਆ, ਲੇਕਿਨ ਅਕਾਲੀਆਂ ਦੀ ਸਟੇਜ ਤੇ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਅਕਾਲੀ ਦਲ ਬਾਦਲ ਦਾ ਹੈਡਕੁਆਟਰ ਜੇ ਕਹਿ ਲਈਏ ਪਿੰਡਾਂ ਦਾ ਹੈਡਕੁਆਟਰ ਹੈ ਜਿਹੜਾ ਉਹ ਇਸੇ ਜ਼ਿਲ੍ਹੇ 'ਚ ਹੀ ਪੈਂਦਾ, ਤਾਂ ਇਸ ਮਰਤਬਾ ਜੇ ਕਹੀਏ ਤਾਂ ਸਾਰਾ ਜਿਹੜਾ ਸਟੇਜ ਦਾ ਕੰਮ ਸੀਗਾ ਉਹ ਤੇ ਇੱਕ ਤਰ੍ਹਾਂ ਨਾਲ ਚੌਪਟ ਸੀਗਾ, ਪਰ ਇਹਨਾਂ ਨੇ ਕਿਸਾਨਾਂ ਨੇ ਜ਼ਰੂਰ ਉੱਥੇ ਸਟੇਜ ਲਾਈ ਆ, ਤਾਂ ਇਹਨਾਂ ਨੇ ਸੰਬੋਧਨ ਕਰਦੇ ਆ ਇਹ ਗੱਲ ਆਖੀ ਹੈ ਕਿ ਸਾਡਾ ਇੱਕੋ ਇੱਕ ਮਕਸਦ ਕਾਨੂੰਨ ਰੱਦ ਕਰਵਾਉਣਾ ਹੈ, ਨਾਲ ਜਿਹੜੀ ਇੱਕ ਗੱਲ ਕਹੀ ਆ ਉਹ ਨੋਟ ਕਰ ਲਿਓ ਫਿਰ ਆਪਾਂ ਨਾਲ ਦੀ ਨਾਲ ਅੱਗੇ ਚੱਲਦੇ ਹਾਂ, ਸਮਾਂ ਘੱਟ ਆ। ਉਹਨਾਂ ਨੇ ਇੱਕ ਗੱਲ ਬੜੀ ਗੁੱਝੀ ਤੇ ਬੜੀ ਜਿੱਦਾਂ ਕਹੀਏ ਨਾ ਕਿ ਚਿੰਤਾਪੁਰ ਕਰਨ ਵਾਲੀ ਆਖੀ ਆ,
ਉਹ ਕਹਿੰਦੇ ਆ ਕਿ ਸੁਪਰੀਮ ਕੋਰਟ ਦੀ ਕਮੇਟੀ ਨੂੰ ਅਸੀਂ ਪ੍ਰਵਾਨ ਨਹੀਂ ਕੀਤਾ, ਹੋ ਸਕਦਾ ਸਾਡੇ ਤੇ ਕੋਰਟ ਦੀ ਉਲੰਘਣਾ ਦਾ, ਉਲੰਘਣਾ ਦਾ ਮਤਲਬ ਅਵੱਗਿਆ ਕੰਟੈਂਪਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕਿ ਉਲੰਘਣਾ ਦਾ ਮਾਮਲਾ ਦਰਜ ਕਰ ਲਿਆ ਜਾਵੇ ਤੇ ਸਾਨੂੰ ਜੇਲ੍ਹ ਚ ਘੱਲ ਦਿੱਤਾ ਜਾਵੇ। ਤਾਂ ਉਹਨਾਂ ਨੇ ਹਜ਼ਾਰਾਂ ਦੇ ਇਕੱਠ ਨੂੰ ਇਕੱਠ ਇੰਨਾ ਵੱਡਾ ਨੀ ਤੁਸੀਂ ਕਹਿ ਸਕਦੇ ਜਿਵੇਂ ਸਿਆਸੀ ਤਨਜ਼ੀਮਾਂ ਦਾ ਜੋੜਦਾ, ਪਰ ਇੱਡਾ ਛੋਟਾ ਇਕੱਠ ਵੀ ਨੀ ਤੁਸੀਂ ਕਹਿ ਸਕਦੇ, ਮਤਲਬ ਕਿ ਇੱਕ ਛੋਟੀ ਜਿਹੀ ਕਾਲ ਸੀ, ਬਹੁਤ ਸ਼ਾਰਟ ਨੋਟਿਸ ਤੇ ਉਹ ਕਾਲ ਦਿੱਤੀ ਗਈ ਆ। ਤਦ ਵੀ ਮੈਂ ਸਮਝਦਾ ਕਿ ਹਜ਼ਾਰਾਂ ਦਾ ਇਕੱਠ ਸੀਗਾ, ਬਹੁਤ ਵੱਡਾ ਇਕੱਠ ਸੀਗਾ ਜਿਹਨੂੰ ਇਹ ਸੰਬੋਧਨ ਕਰ ਰਹੇ ਸੀ, ਪਰ ਉਹਨਾਂ ਦੀ ਜਿਹੜੀ ਇਹ ਗੱਲ ਆ, ਇਹ ਵਾਕਿਆ ਮੈਂ ਜਿਵੇਂ ਕਹਿ ਕੇ ਹੀ ਆਇਆ ਕਿ ਹੋ ਸਕਦਾ ਕਿਸਾਨ ਜਥੇਬੰਦੀਆਂ ਦੇ ਜਿਹੜੇ ਮੋਹਰੀ ਆ ਉਹ ਚਾਰ ਚੁਫੇਰਿਓਂ ਹੀ ਪ੍ਰੈਸ਼ਰ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਹੋਣ ਕਿ ਇੱਕ ਤਾਂ ਲੱਖਾਂ ਦੀ ਤਾਦਾਦ ਉਹਨਾਂ ਦੇ ਪਿੱਛੇ ਖਲੋਤੀ ਹੈ, ਪਿੱਛੇ ਮੁੜ ਨਹੀਂ ਸਕਦੇ, ਅੱਗੇ ਜਾਂਦੇ ਆ ਤਾਂ ਬਹੁਤ ਮੁਸ਼ਕਲਾਂ ਖੜੀਆਂ ਨੇ, ਕੋਈ ਨੁਕਸਾਨ ਹੋ ਜਾਂਦਾ ਤਦ ਵੀ ਉਹ ਪੰਜਾਬ ਬਣਨ ਜੋਗੇ ਨਹੀਂ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜੋ ਡੱਲੇਵਾਲ ਜੀ ਦਾ ਇਹ ਬਿਆਨ ਆ, ਇਹ ਸਿਰਫ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਦਾ ਇੱਕ ਭਾਸ਼ਣਬਾਜ਼ੀ ਦਾ ਹਿੱਸਾ ਰਿਹਾ, ਤਾਂ ਕਿਤੇ ਨਾ ਕਿਤੇ ਜਿਵੇਂ ਆਪਾਂ ਪਿੱਛੇ ਬਹੁਤ ਸਾਰੀਆਂ ਗੱਲਾਂ ਕਰਕੇ ਆਏ ਹਾਂ, ਇਸ ਬੋਲ ਨੂੰ ਜਾਂ ਇਸ ਫਿਕਰੇ ਨੂੰ ਜਾਂ ਇਸ ਪੰਕਤੀ ਨੂੰ ਜੋ ਉਹਨਾਂ ਨੇ ਭਾਸ਼ਣ 'ਚ ਬੋਲੀ ਆ, ਇਹਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ। ਜੀ ਜੀ, ਪੰਜਾਬ ਕੈਬਨਿਟ ਦੀ ਵੀ ਹੋਈ ਹੈ ਜੀ ਅਹਿਮ ਮੀਟਿੰਗ, ਕੁਛ ਪਤਾ ਲੱਗਾ ਜੀ ਕੀ ਗੱਲਾਂ ਬਾਤਾਂ ਹੋਈਆਂ? ਹਾਂਜੀ, ਦੇਖੋ ਦੇਰ ਸ਼ਾਮ ਇਹਨਾਂ ਦੀ ਮੀਟਿੰਗ ਹੋਈ ਆ, ਬਹੁਤਾ ਤਾਂ ਨਹੀਂ ਕਿਉਂਕਿ ਕੈਬਨਿਟ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਅਲਾਓ ਨਹੀਂ ਹੁੰਦਾ ਮੀਡੀਆ। ਸੋ ਜੋ ਮੁੱਖ ਅੰਸ਼ ਇਹਨਾਂ ਦੇ ਪ੍ਰੈਸ ਮੀਟ ਦੇ ਵਿੱਚ ਸਾਹਮਣੇ ਆਏ ਹੋਏ ਹੀ ਆ, ਇੱਕ ਤੇ ਸ਼ਰਧਾਂਜਲੀ ਦਿੱਤੀ ਗਈ ਆ ਜਿਹੜੇ ਸ਼ਹੀਦ ਹੋ ਗਏ ਆ ਕਿਸਾਨ, ਉਹਨਾਂ ਦੀ ਤਾਦਾਦ ਯਾਦ ਰੱਖਿਓ ਇਸ ਟਾਈਮ 70 ਤੋਂ ਉੱਤੇ ਤੇ 80 ਤੋਂ ਥੱਲੇ ਆ, 70 80 ਦੇ ਵਿਚਾਲੇ ਆ। ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਰੱਦ ਕੀਤੇ ਬਿਨਾਂ, ਮਤਲਬ ਕਿ ਕਾਨੂੰਨਾਂ ਨੂੰ ਰੱਦ ਕੀਤੇ ਬਿਨਾਂ ਕੋਈ ਸਲਿਊਸ਼ਨ ਜਿਹੜਾ ਦੂਸਰਾ ਨਿਕਲ ਨਹੀਂ ਸਕਦਾ। ਪੰਜਾਬ ਸਰਕਾਰ ਕਿਸਾਨਾਂ ਦੀ ਸੁਰੱਖਿਆ ਲਈ ਸਭ ਕੁਛ ਕਰੇਗੀ, MSP ਨੂੰ ਕਾਨੂੰਨੀ ਹੱਕ ਬਣਾਉਣ ਲਈ ਕੈਬਨਿਟ ਨੇ ਮਤਾ ਪਾਸ ਕੀਤਾ, ਉਹਨਾਂ ਨੇ ਯਾਦ ਕਰਵਾਇਆ, ਠੀਕ ਹੈ ਜੀ, ਪੰਜਾਬ ਨੂੰ ਯਾਦ ਕਰਵਾਇਆ ਕਿਤੇ ਭੁੱਲ ਨਾ ਜਾਇਓ ਪੰਜਾਬੀ, ਕਿ ਅਸੀਂ ਮਤਾ ਪਾਸ ਕਰਵਾਇਆ, ਖੇਤੀ ਕਾਨੂੰਨ ਕਿਸਾਨ ਦੇਸ਼ ਖੁਰਾਕ ਸੁਰੱਖਿਆ ਲਈ ਮੰਤਰੀ ਮੰਡਲ ਵੱਲੋਂ ਵਿਰੋਧੀ ਕਰਾਰ ਦਿੱਤਾ ਗਿਆ, ਮਤਲਬ ਕਿ ਖੇਤੀ ਕਾਨੂੰਨ ਕਿਸਾਨ ਦੇਸ਼ ਸੁਰੱਖਿਆ ਸਭ ਉਹਦੇ ਵਾਸਤੇ ਇਹਨਾਂ ਨੇ ਵਿਰੋਧੀ ਕਰਾਰ ਦਿੱਤਾ। ਸੁਪਰੀਮ ਕੋਰਟ ਵੱਲੋਂ ਵੀ ਕਿਸਾਨਾਂ ਤੇ ਚਿੰਤਾ ਪ੍ਰਗਟ ਕੀਤੀ ਗਈ, ਇਹਨਾਂ ਦਾ ਕਹਿਣਾ ਮੋਦੀ ਸਰਕਾਰ ਨੂੰ ਇਸ ਮਾਮਲੇ ਤੇ ਆਪਣੀ ਸਾਖ ਦਾ ਮਸਲਾ ਨਹੀਂ ਬਣਾਉਣਾ ਚਾਹੀਦਾ, ਮਤਲਬ ਕਿ ਮੁੱਛ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ 8ਵਾਂ ਪੁਆਇੰਟ ਕਿਹਾ ਜਾ ਸਕਦਾ ਉਹ ਇਹੋ ਆ ਕਿ ਮੰਤਰੀ ਮੰਡਲ ਵੱਲੋਂ ਸੁਪਰੀਮ ਕੋਰਟ ਦੇ ਹੁਕਮ ਦੇ ਮੁੱਦੇ ਤੇ ਮੁੱਖ ਏਜੰਡੇ ਤਹਿਤ ਚਰਚਾ ਕੀਤੀ ਗਈ, ਮਤਲਬ ਕਿ ਏਜੰਡਾ ਇਹੀ ਰਿਹਾ। ਕੁੱਲ ਮਿਲਾ ਕੇ ਤੁਸੀਂ ਇਹਦਾ ਵੀ ਸਿੱਟਾ ਕੱਢ ਲਓ ਕਿ ਉਹ ਜਿਵੇਂ ਯਾਦ ਕਰਵਾ ਰਹੇ ਆ, ਤਾਂ ਸਮਝ ਲਓ ਕਿ ਉਹ ਲੋਕ ਤੇ ਉੱਥੇ ਫੜ ਰਹੇ ਆ, ਮਰ ਰਹੇ ਆ, ਫਿਕਰਾਂ ਦੇ ਵਿੱਚ ਹੜ ਰਹੇ ਆ, ਤੇ ਇੱਧਰੋਂ ਇਹ ਵੱਡੇ ਦਲ ਜਿਹੜੇ ਆ ਉਹ 2022 ਦੀ ਤਿਆਰੀ ਕਰ ਰਹੇ ਆ, ਮਤਲਬ ਪ੍ਰਧਾਨ ਜੀ ਹੀਰੇ ਚੁੱਗ ਰਹੇ ਆ ਅੱਜ ਕੱਲ੍ਹ ਦੂਸਰੇ ਬਗਾਨਿਆਂ ਦੀਆਂ ਖਾਨਾਂ 'ਚ, ਬਗਾਨੇ ਤਾਂ ਬਗਾਨੇ ਦੇ ਦਿਲਾ ਛੱਡ ਤੂੰ ਬਗਾਨਿਆਂ ਨੂੰ ਰੋਣਾ, ਉਹ ਬਗਾਨਿਆਂ ਦੀਆਂ ਖਾਨਾਂ 'ਚ ਜਾ ਕੇ ਹੀਰੇ ਚੁੰਮ ਰਹੇ ਨੇ, ਤਾਂ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਆ ਉਹ ਆਪਣੇ ਪੱਧਰ ਤੇ ਪੰਜਾਬੀਆਂ ਨੂੰ ਯਾਦ ਕਰਵਾ ਰਹੇ ਆ ਕਿ ਆਪਾਂ ਇੱਕ ਮਤਾ ਵੀ ਤੁਹਾਡੇ ਲਈ ਪਾਇਆ, ਖਿਆਲ ਰੱਖ ਲਓ। ਤਾਂ ਆਮ ਆਦਮੀ ਪਾਰਟੀ ਵਾਲੇ ਵੀ ਬਹੁਤ ਜਲਦੀ, ਹਾਲਾਂਕਿ ਉਹਨਾਂ ਦੀਆਂ ਸਰਗਰਮੀਆਂ ਥੋੜੀਆਂ ਢਿੱਲੀਆਂ ਪਈਆਂ ਨੇ ਕਿਸਾਨ ਸੰਘਰਸ਼ ਕਰਕੇ, ਉਹ ਵੀ ਜਲਦੀ ਮੈਦਾਨ ਪਖਾ ਦੇਣਗੇ, ਤਾਂ ਮਤਲਬ ਕਿ 2022 ਵੀ ਤੁਸੀਂ ਸਾਈਡ ਬਾਈ ਸਾਈਡ ਤਿਆਰੀ ਦੇਖ ਸਕਦੇ ਹੋ ਕਿ ਉਹਦਾ ਪਿੰਡ ਜਿਹੜਾ ਵੱਜ ਗਿਆ, ਕੋਈ ਮਰੇ ਕੋਈ ਜੀਵੇ, ਸੁਥਰਾ ਭੁੱਲ ਪਤਾਸੇ ਪੀਵੇ, ਰਾਜਨੀਤੀ ਆਪਣੀ ਚਾਲੇ ਚੱਲਦੀ ਰਹਿਣੀ ਹੈ ਜੋ ਮਰਜ਼ੀ ਹੋਵੇ। ਜੀ ਜੀ ਬਿਲਕੁਲ ਮਿੰਟੂ ਜੀ, ਅਗਲੀ ਗੱਲ ਕਰੀਏ, ਪੰਜਾਬ ਵਿੱਚ ਅਜੇ ਤੱਕ ਬਰਡ ਫਲੂ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ, ਵਿਜੇ ਕੁਮਾਰ ਜੰਜਵਾ ਦਾ ਬਿਆਨ। ਹਾਂ ਜੀ, ਇਹ ਵਾਕਈ ਇੱਕ ਬਹੁਤ ਵੱਡਾ ਸਵਾਲ ਹੋਏਗਾ ਕਿਉਂਕਿ ਪਸ਼ੂ ਪਾਲਣ ਵਿਭਾਗ ਦੇ ਜਿਹੜੇ ਵਧੀਕ ਮੁੱਖ ਸਕੱਤਰ ਨੇ ਮਿਸਟਰ ਵਿਜੇ ਕੁਮਾਰ ਜੰਜਵਾ, ਤਾਂ ਉਹ ਕਹਿੰਦੇ ਆ ਕਿ ਕੋਈ ਵੀ ਬਰਡ ਫਲੂ ਦਾ ਮਾਮਲਾ ਨਹੀਂ ਹੈ, ਪਰ ਇੱਥੇ ਮੁਰਗੀਆਂ ਵੀ ਮਰੀਆਂ ਨੇ। ਰਾਜਕਰਨਵੀਰ ਸਿੰਘ ਜੀ, ਮੈਂ ਦੇਖ ਰਿਹਾ ਸੀਗਾ ਇੱਕ ਦਿਨ ਬਹੁਤ ਸਾਰੇ ਤੋਤੇ ਮਰੇ ਆ ਬਰਨਾਲੇ ਦੇ ਵਿੱਚ, ਔਰ ਕੋਈ ਰਹਿਸ਼ੀ ਹੀ ਏਰੀਆ ਸੀਗਾ, ਹੋਰ ਬਹੁਤ ਸਾਰੇ ਸਾਡੇ ਪੰਛੀ ਜਿਹੜੇ ਸਾਡੇ ਪ੍ਰਵਾਸੀ ਪੰਛੀ ਜਿਹਨੂੰ ਆਪਾਂ ਗੈਸ ਕਹਿ ਸਕਦੇ ਹਾਂ ਆਪਣੇ ਸਰਦੀਆਂ ਦੇ, ਜਿਵੇਂ ਪੌਂਗ ਡੈਮ ਦੇ ਵਿੱਚ ਵੀ ਉਹ ਦੇਖੇ ਜਾਂਦੇ ਆ, ਤਾਂ ਸਾਡੇ ਹਰੀਕੇ ਵੀ ਦੇਖੇ ਜਾਂਦੇ ਆ, ਜਾਂ ਨੰਗਲ ਸਾਈਡ ਵੀ ਦੇਖੇ ਜਾਂਦੇ ਆ, ਤਾਂ ਉਹ ਪੰਛੀ ਵੀ ਮਰੇ ਨੇ। ਉਹਨਾਂ ਦਾ ਫਿਰ ਕੀ ਕਾਰਨ ਹੈ ਜੇ ਬਰਡ ਫਲੂ ਨਹੀਂ ਹੈ? ਕੀ ਕੋਈ ਬਿਮਾਰੀ ਆ, ਜਾਂ ਫਿਰ ਪਾਣੀ ਇੰਨਾ ਜ਼ਹਿਰੀਲਾ ਹੋਇਆ ਪਿਆ ਸਾਡੇ ਦਰਿਆਵਾਂ ਦਾ ਕਿ ਪੰਛੀ ਮਰ ਰਹੇ ਨੇ? ਤੋਤਿਆਂ ਦਾ ਮਰਨਾ, ਉਹਦਾ ਕੀ ਕਾਰਨ ਹੋ ਸਕਦਾ? ਘੱਟੋ ਘੱਟ ਜਾਂਚ ਤਾਂ ਹੋਣੀ ਚਾਹੀਦੀ ਹੈ ਨਾ, ਕਿਉਂਕਿ ਇੱਕ ਥਿਊਰੀ ਦਿੱਤੀ ਜਾ ਰਹੀ ਆ ਕਿ ਰੇਡੀਏਸ਼ਨ ਵਗੈਰਾ ਜੋ ਵੱਖ ਵੱਖ ਥਾਵਾਂ ਤੋਂ ਨਿਕਲਦੀ ਆ ਉਹ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ,
ਤਾਂ ਇਹ ਜਾਂਚ ਪੜਤਾਲ ਦਾ ਵਿਸ਼ਾ ਹੈ ਔਰ ਜਾਂਚ ਪੜਤਾਲ ਦਾ ਨਹੀਂ ਮੈਂ ਕਹਿੰਦਾ ਕਿ ਜੇ ਕੋਈ ਹੋਰ ਮੁਲਕ ਹੋਵੇ ਤਾਂ ਬਹੁਤ ਭਾਜੜ ਵਾਲਾ ਵਿਸ਼ਾ ਹੈ ਭਾਜੜ ਪੈ ਜਾਵੇ ਕਿਉਂਕਿ ਪੰਛੀਆਂ ਨੂੰ ਜਾਂ ਸਾਡੇ ਜਿਹੜੇ ਪਸ਼ੂ ਹੁੰਦੇ ਉਹਨਾਂ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਆ ਪਰ ਇੱਥੇ ਤੇ ਇਨਸਾਨਾਂ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਜਦ ਤੱਕ ਕੋਈ 5-10-20 ਮਰ ਨਾ ਜਾਣ ਹਾਲਾਂਕਿ ਕਿਸਾਨ ਤੇ 70 ਮਰ ਗਏ ਵਿਚਾਰੇ 70 ਕੁੱਤੇ ਮਰ ਗਏ ਜਦ ਤੱਕ ਕੋਈ 10-20 ਹਾਦਸੇ ਚੋਂ ਮਰ ਨਾ ਜਾਣ ਛੇਤੀ ਕਿਤੇ ਅਖਬਾਰ ਚੰਗੇ ਪੰਨੇ ਤੇ ਖ਼ਬਰ ਵੀ ਨਹੀਂ ਲਾਉਂਦਾ ਉਰੇ ਤਾਂ ਜੀ ਜੀ ਬਿਲਕੁਲ ਤੇ ਇਸ ਵਾਰ ਕਹਿੰਦੇ 26 ਜਨਵਰੀ ਦੀ ਪਰੇਡ ਦੇ ਵਿੱਚ ਕੋਈ ਵੀ ਵਿਦੇਸ਼ੀ ਚੀਫ ਗੈਸਟ ਨਹੀਂ ਹੋਊਗਾ ਹਾਂਜੀ ਦੇਖੋ ਦਿਲ ਤੋੜ ਦਿੱਤਾ ਸੀਗਾ ਨਾ ਬੋਰਿਸ ਜੌਨਸਨ ਵੈਸੇ ਬੋਰਿਸ ਜੌਨਸਨ ਨੇ ਮਾੜੀ ਕੀਤੀ ਹੈ ਵਿੱਚ ਦੀ ਗੱਲ ਦੱਸਾਂ ਤੇ ਜਿਹੜੀ ਉਹਨਾਂ ਦੀ ਵਾਈਫ ਹੁੰਦੀ ਸੀ ਨਾ ਸਾਬਕਾ ਜੀ ਤੇ ਉਹਦੀ ਮਾਤਾ ਸ਼੍ਰੀ ਜੀ ਸੀ ਉਹ ਇੰਡੀਅਨ ਸੀ ਜੀ ਜੀ ਕਿਉਂਕਿ ਪੁਰਾਣੀ ਰਿਸ਼ਤੇਦਾਰੀ ਸੀਗੀ ਬੋਰਿਸ ਜੌਨਸਨ ਨੇ ਖਿਆਲ ਨਹੀਂ ਰੱਖਿਆ ਲਿਹਾਜ਼ ਨਹੀਂ ਰੱਖਿਆ ਤਾਂ ਖੈਰ ਤੇ ਉਹ ਤੋਂ ਬਾਅਦ ਨਾਮ ਆਇਆ ਸੀਗਾ ਮੇਰੇ ਖਿਆਲ ਦੇ ਨਾਲ ਚੰਦਰਿਕਾ ਪ੍ਰਸਾਦ ਸੰਤੋਖੀ ਦਾ ਜਿਹੜੇ ਕਿ ਸੂਰੀਨਾਮ ਦੇ ਪ੍ਰੈਜ਼ੀਡੈਂਟ ਆ ਸੂਰੀਨਾਮ ਦੇਸ਼ ਕਿਸੇ ਨੇ ਤਾਂ ਸੁਣਿਆ ਹੋਣਾ ਜਿਹੜਾ ਬੰਦਾ ਮੰਨ ਲਓ ਬਹੁਤ ਜ਼ਿਆਦਾ ਜਾਣਕਾਰੀ ਰੱਖਦਾ ਪੜ੍ਹਿਆ ਲਿਖਿਆ ਪਰ ਆਮ ਬੰਦੇ ਨੂੰ ਤਾਂ ਪਹਿਲੀ ਵਾਰੀ ਇਹ ਨਾਂ ਸੁਣਾਈ ਦਿੱਤਾ ਸੂਰੀਨਾਮ ਕੋਈ ਦੇਸ਼ ਹੈਗਾ ਪਰ ਉਸ ਤੋਂ ਬਾਅਦ ਖ਼ਬਰ ਆਈ ਕਿ ਉਹਨਾਂ ਦਾ ਵੀ ਦੌਰਾ ਜਿਹੜਾ ਉਸ ਵੇਲੇ ਨਹੀਂ ਚੜਿਆ ਹੁਣ ਇਹ ਤੇ ਕਹਿ ਰਿਹਾ ਕਿ ਕੋਵਿਡ ਕਰਕੇ ਅਜਿਹਾ ਹੋਇਆ ਇਹਨਾਂ ਦੇ ਅਫੀਸ਼ੀਅਲਸ ਨੇ ਜਿਹੜੀ ਜਾਣਕਾਰੀ ਦਿੱਤੀ ਆ ਮਿਸਟਰ ਅਨੁਰਾਗ ਸ਼੍ਰੀਵਾਸਤਵ ਨੇ ਜਿਹੜੇ ਵਿਦੇਸ਼ ਮੰਤਰਾਲੇ ਦੇ ਸਪੋਕਸ ਪਰਸਨ ਆ ਕਿਤੇ ਕੋਵਿਡ 19 ਦੀ ਗੱਲ ਹੀ ਕਰਦੇ ਆ ਪਰ ਗੱਲ ਤੇ ਤੁਹਾਨੂੰ ਪਤਾ ਹੀ ਆ ਕਿ ਬੋਰਿਸ ਜੌਨਸਨ ਤੇ ਵੀ ਦਬਾਅ ਬਣਿਆ ਉਹਨਾਂ ਦੇ 100 ਪਾਰਲੀਮੈਂਟ ਮੈਂਬਰ ਨੇ ਲਿਖਿਆ ਸੀਗਾ ਇਸ ਤੋਂ ਇਲਾਵਾ ਹੋ ਸਕਦਾ ਸੂਰੀਨਾਮ ਦੇ ਵਿੱਚ ਵੀ ਕੁਛ ਐਸਾ ਵਾਪਰਿਆ ਹੋਵੇ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਤੇ ਇਹ ਜੋ ਮਰਜ਼ੀ ਕਹਿਣ ਕੋਵਿਡ 19 ਦਾ ਕਹਿਣ ਪਰ ਉਹ ਕਿਤੇ ਨਾ ਕਿਤੇ ਦੱਸਦੇ ਹੈ ਪਰ ਜੋ ਮਰਜ਼ੀ ਕਾਰਨ ਰਹੇ ਕਿਤੇ ਨਾ ਕਿਤੇ ਬੇਇੱਜ਼ਤੀ ਦਾ ਸਬੱਬ ਬਣ ਗਿਆ ਕਿਉਂਕਿ 1966 ਤੋਂ ਲੈ ਕੇ ਹੁਣ ਤੱਕ ਇਹੋ ਜਿਹੀ ਪਰਿਸਥਿਤੀ ਕਦੇ ਨਹੀਂ ਸੀ ਪਈ ਕਦੇ ਨਹੀਂ ਸੀ ਪੈਦਾ ਹੋਈ ਤਾਂ ਦੂਜੀ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਉਹ ਕਲਾਸ਼ਾਂ ਵਾਲਾ ਸੱਦ ਲੈਣਾ ਚਾਹੀਦਾ ਸੀਗਾ ਉਹ ਹੈਗਾ ਨਾ ਉਹ ਗਿਆ ਭਗੌੜਾ ਹੋਇਆ ਸਰਚ ਕਰ ਲਓ ਹੁਣ ਉਹਨੇ ਆਪਣਾ ਕਲਾਸ਼ਾ ਮੁਲਕ ਬਣਾਇਆ ਹੋਇਆ ਪਤਾ ਨੀ ਕਿਹੜੇ ਟਾਪੂ ਤੇ ਤੇ ਉੱਥੇ ਉਹਨੇ ਕ੍ਰਾਂਤੀ ਚਲਾਈ ਆ ਉੱਥੇ ਉਹ ਕਹਿੰਦਾ ਕਿ ਸੰਸਾਰ ਦਾ ਇੱਕ ਮਾਤਰ ਹੈ ਇਸ ਵੇਲੇ ਦਾ ਹਿੰਦੂ ਰਾਸ਼ਟਰ ਆ ਜੋ ਜਿੰਨੇ ਚਿਰ ਵਸਣਾ ਉਹ ਇਕੱਲਾ ਹੀ ਆ ਉੱਥੇ ਉਹ ਇਕੱਲਾ ਹੀ ਰਹਿੰਦਾ ਸ਼ਾਇਦ ਉਹਦਾ ਨਾਮ ਨਿਤਿਆਨੰਦ ਆ ਕਿ ਪਤਾ ਨੀ ਤੁਸੀਂ ਆ ਸਰਚ ਕਰੋਗੇ ਤੁਹਾਨੂੰ ਮਿਲ ਜਾਣਾ ਤੇ ਮੈਂ ਕਹਿੰਦਾ ਕਿ ਖਾਲੀ ਕਾਹਤੋਂ ਛੱਡਣਾ ਸੀ ਤੂੰ ਗ੍ਰੇਟਰ ਕਲਾਸ਼ਾ ਵਾਲੇ ਨੂੰ ਸੱਦ ਲੈਂਦੇ ਜਿਹਨੇ ਉੱਥੇ ਬਣਾਇਆ ਆਪਣਾ ਰਾਸ਼ਟਰ ਪਤਾ ਨੀ ਹੁਣ ਕਿੱਥੇ ਰਾਸ਼ਟਰ ਉਹਦਾ ਨਕਸ਼ੇ 'ਚ ਸਾਨੂੰ ਤੇ ਲੱਭਦਾ ਵੀ ਨਹੀਂ ਹੈ ਜੇ ਨਹੀਂ ਤੇ ਰਾਮਦੇਵ ਨੂੰ ਪੁੱਛ ਲੈਂਦੇ ਰਾਮਦੇਵ ਨੂੰ ਸੱਦ ਲੈਂਦੇ ਤੇ ਜੇ ਨਹੀਂ ਛੇਕੜ ਫਿਰ ਸਾਡੇ ਬਾਬਾ ਜਿਹੜਾ ਕੂੜੇ ਵਾਲਾ ਰੋਜੂ ਸਿੰਘ ਉਹਨੂੰ ਸੱਦ ਲੈਂਦੇ ਉਹ ਵੀ ਮਹਿਮਾਨੀ ਚੰਗੀ ਕਰ ਲੈਂਦਾ ਜੀ ਜੀ ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ ਉਹ ਤੱਕ ਲਈ ਬਹੁਤ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਜੀ ਸਰੋਤੇ ਇੱਥੇ ਖਬਰ 'ਤੇ ਨਜ਼ਰ ਪ੍ਰੋਗਰਾਮ ਸਮਾਪਤ ਹੈ ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ USA